ਹਾਂਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਸੀਡੀਪੀ ਦਾ ਜਿਹੜਾ ਨੈਕਸਟ ਚੈਪਟਰ ਕਰਨ ਜਾ ਰਹੇ ਹਾਂ ਉਹ ਕਰਨ ਜਾ ਰਹੇ ਹਾਂ ਜੀ ਪੇਰੈਂਟਿੰਗ ਸਟਾਈਲਸ ਤੇ ਟਾਈਪਸ ਆਫ ਚਿਲਡਰਨਸ ਠੀਕ ਹੈ ਪੀਐਸਟ 1 ਦਾ ਸੀਡੀਪੀ ਦਾ ਜਿਹੜਾ ਸਿਲੇਬਸ ਹੈ ਉਹ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜੀ ਪਹਿਲਾ 파ਟ ਆਪਣਾ ਹੋ ਚੁੱਕਿਆ ਹੈ ਦੂਜੇ 파ਟ ਦਾ ਆਪਾਂ ਲਾਸਟ ਵਾਲਾ ਚੈਪਟਰ ਕਰਨ ਜਾ ਰਹੇ ਹਾਂ ਠੀਕ ਹੈ ਜਿਨ੍ਹਾਂ ਨੇ ਪਿਛਲੀ ਕਲਾਸਿਸ ਨਹੀਂ اٹੈਂਡ ਕੀਤੀ ਆ ਤਾਂ ਕਾਈਂਡਲੀ ਪਿਛਲੀਆਂ ਕਲਾਸਿਸ ਜਿਹੜੀਆਂ ਨੇ ਪਹਿਲਾਂ اٹੈਂਡ ਕਰ ਲਓ ਇਹ ਦੋਨੋਂ ਚੈਪਟਰ ਹੋ ਚੁੱਕੇ ਨੇ ਅੱਜ ਆਪਾਂ ਇਹ ਵਾਲਾ ਚੈਪਟਰ ਕਰਨ ਜਾ ਰਹੇ ਹਾਂ ਐਡਰੈਸਿੰਗ ਦਾ ਟੈਲੈਂਟਡ ਕ੍ਰੀਏਟਿਵ ਸਪੈਸ਼ਲੀ ਏਬਲਰ ਲਰਨਰਸ ਠੀਕ ਹੈ ਵੈਰੀ ਵੈਰੀ ਇੰਪੋਰਟੈਂਟ ਚੈਪਟਰ ਹੈ ਉਸ ਤੋਂ ਬਾਅਦ ਫਿਰ ਆਪਾਂ 파ਟ ਸੀ ਕਰਾਂਗੇ ਜਿਸ ਦੇ ਵਿੱਚ ਹੈਗਾ ਲਰਨਿੰਗ ਐਂਡ ਪੈਡਾਗੋਜੀ ਕਲੀਅਰ ਹੈ ਜੀ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਪਿਛਲੀਆਂ ਕਲਾਸਿਸ ਜੋ ਜਿਹੜਾ ਉਹ ਕਰ ਸਕਦੇ ਹੋ ਤਾਂ ਸਟਾਰਟ ਕਰਦੇ ਆਂ ਦੇਖੋ ਟਾਈਪਸ ਆਫ ਚਿਲड्रनਸ ਦਾ ਇੱਥੇ ਮਤਲਬ ਕੀ ਹੈ types of children's type ਮਤਲਬ ਹੈਗਾ ਹੈ ਕਿ ਬੱਚਿਆਂ ਦੇ ਵਿੱਚ ਕਈ ਤਰੀਕੇ ਦੇ ਜਿਹੜੇ ਕਹਿ ਲਓ ਵੀ ਗੁਣ-ਓ ਗੁਣ ਦੇਖਣ ਨੂੰ ਮਿਲਦੇ ਨੇ ਦੇਖੋ ਇੱਕ ਮਨੁੱਖ ਦੂਜੇ ਨਾਲ ਵੱਖਰਾ ਹੈ ਇਹ ਗੱਲ ਕਲੀਅਰ ਹੈ ਹਨਾ ਤਾਂ ਬੱਚਿਆਂ ਦੇ ਵਿੱਚ ਵੀ ਪਰਸਨੈਲਿਟੀ ਟਾਈਪਸ ਹੁੰਦੇ ਨੇ ਯਾਨੀ ਕਿ ਕਈ ਬੱਚੇ ਦੇਖੋ ਟੈਲੈਂਟਡ ਹੁੰਦੇ ਨੇ ਕਈ ਕ੍ਰੀਏਟਿਵ ਹੁੰਦੇ ਨੇ ਕਈ ਐਦਾ ਸਮਝ ਲਓ ਵੀ ਸਲੋ ਲਰਨਰ ਹੁੰਦੇ ਨੇ ਹਨਾ ਅਲੱਗ-ਅਲੱਗ ਪਰਸਨੈਲਿਟੀਆਂ ਨੇ ਤਾਂ ਉਹਨਾਂ ਨੂੰ ਜਿਹੜਾ ਕਹਿ ਲਓ ਵੀ ਕਿਸ ਤਰੀਕੇ ਨਾਲ ਆਪਾਂ ਡਿਫਾਈਨ ਕਰ ਸਕਦੇ ਆ ਕਿਸ ਤਰ੍ਹਾਂ ਆਪਾਂ ਆਪਣੀ ਕਲਾਸ ਦੇ ਵਿੱਚ ਉਹਨਾਂ ਬੱਚਿਆਂ ਨੂੰ ਚੁਣ ਸਕਦੇ ਆ ਹੁਣ ਜਿਹੜਾ ਹੁਸ਼ਿਆਰ ਬੱਚਾ ਹੈ ਉਹਨੂੰ ਤੁਸੀਂ ਚਾਹ ਕਰਜੇ ਦਾ ਕੰਮ ਠੀਕ ਹੈ ਥੋੜਾ ਜੋ ਵੀ ਤੁਸੀਂ ਟਾਰਗੇਟ ਰੱਖਿਆ ਹੈ ਪੜਾਈ ਦੇ ਰਿਲੇਟਡ ਉਹਨੇ ਕਰ ਜਾਣਾ ਹੈ ਉਹਨੂੰ ਕਲੀਅਰ ਪਰ ਜਿਹੜਾ ਬੱਚਾ ਸਲੋ ਲਰਨਰ ਹੈ ਉਹਦੇ ਲਈ ਤੁਸੀਂ ਅਲੱਗ ਮੈਥਡ ਯੂਜ਼ ਕਰੋਗੇ ਹਨਾ ਤਾਂ ਇਸ ਚੈਪਟਰ ਦਾ ਮਕਸਦ ਹੀ ਇਹੀ ਹੈ ਵੀ ਤੁਸੀਂ ਆਪਦੇ ਕਲਾਸ ਦੇ ਵਿੱਚ ਬੱਚੇ ਨੂੰ ਡਿਫਾਈਨ ਕਰਨਾ ਹੈ ਠੀਕ ਹੈ ਫਾਈਂਡ ਕਰਨਾ ਹੈ ਉਹਨੂੰ ਲੱਭਣਾ ਹੈ ਫਿਰ ਉਹਨੂੰ ਦੇਖਣਾ ਹੈ ਵੀ ਉਹਦੇ ਵਿੱਚ ਦਿੱਕਤ ਕੀ ਹੈ ਉਹਨੂੰ ਕਿਸ ਮੈਥਡ ਦੇ ਨਾਲ ਜਿਹੜਾ ਪੜਾਇਆ ਜਾ ਸਕਦਾ ਹੈ ਕਲੀਅਰ ਹੈ ਤਾ ਸਭ ਤੋਂ ਪਹਿਲੀ ਜਿਹੜੀ ਕੈਟਾਗਰੀ ਬੱਚਿਆਂ ਦੀ ਆਉਂਦੀ ਆ ਉਹ ਆਉਂਦੀ ਹੈ ਜੀ ਗਿਫਟਿਡ ਚਿਲड्रन ਕਿਹੜੇ ਹੁੰਦੇ ਨੇ ਜੀ ਗਿਫਟਿਡ ਚਿਲड्रन ਇਹ ਤੁਸੀਂ ਨਾਮ ਨੋਟ ਕਰ ਸਕਦੇ ਹੋ ਗਿਫਟਿਡ ਚਿਲड्रन ਗਿਫਟਡ ਚਿਲड्रन ਕਿਹਰੇ ਹੁੰਦੇ ਨੇ ਉਹ ਚਿਲड्रन ਹੁੰਦੇ ਨੇ ਜਿਨ੍ਹਾਂ ਦਾ ਜਿਹੜਾ ਆਈਕਿਊ ਲੈਵਲ ਹੈ ਬਹੁਤ ਜ਼ਿਆਦਾ ਹੁੰਦਾ ਏ ਠੀਕ ਹੈ ਇਨ ਰਿਚਡ ਕਰਿਕੂਲਮ ਯਾਨੀ ਕਿ ਉਹ ਸਿਲੇਬਸ ਨੂੰ ਕਰਿਕੂਲਮ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਹਾਈ ਹਾਈ ਲੈਵਲ ਦੀ ਸੈਂਸਿਟੀਵਿਟੀ ਹੁੰਦੀ ਹੈ ਉਹਨਾਂ ਦੇ ਵਿੱਚ ਠੀਕ ਹੈ ਮੋਰ ਅਲਰਟਨੈਸ ਹੁੰਦੀ ਹੈ ਯਾਨੀ ਕਿ ਤੁਸੀਂ ਉਹਨੂੰ ਇੱਕ ਵਾਰੀ ਥੋੜਾ ਜਿਹਾ ਹਿੰਟ ਦੇ ਦੋ ਉਹਨੇ ਆਪੇ ਸੋਲਵ ਕਰ ਦੇਣਾ ਸਵਾਲ ਠੀਕ ਹੈ ਤੇ ਉਹ ਜਿਹੜੇ ਬੱਚੇ ਗਿਫਟਡ ਬੱਚੇ ਹੁੰਦੇ ਨੇ ਉਹ ਸੈਂਸਿਟਿਵ ਅਬਾਊਟ এনवायरमेंट ਯਾਨੀ ਕਿ ਆਪਣੇ ਵਾਤਾਵਰਣ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਨੇ ਉਹ ਸੈਂਸਿਟਿਵ ਹੁੰਦੇ ਨੇ ਕਲੀਅਰ ਹੈ ਯਾਨੀ ਕਿ ਗਿਫਟਡ ਚਿਲड्रन ਉਹ ਬੱਚੇ ਹੁੰਦੇ ਨੇ ਜਿਨ੍ਹਾਂ ਦਾ 140 ਪਲੱਸ ਕਹ ਲਓ ਵੀ ਆਈਕਿਊ ਹੁੰਦਾ ਹੈ 140 ਪਲੱਸ ਠੀਕ ਹੈ ਤੇ ਉਹਨਾਂ ਦਾ ਜਿਹੜਾ ਹਾਈ ਲੈਵਲ 멘ਟਲ ਜਿਹੜਾ ਲੈਵਲ ਹੈ ਉਹ ਹਾਈ ਲੈਵਲ ਤੇ ਹੁੰਦਾ ਹੈ ਕਲੀਅਰ ਹੈ ਅੱਗੇ ਆਪਣੇ ਕੋਲ ਕ੍ਰੀਏਟਿਵ ਚਿਲड्रन ਕ੍ਰੀਏਟਿਵ ਚਿਲड्रन ਕਿਹੜੇ ਹੁੰਦੇ ਨੇ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆ ਸਿਰਜਣਾਤਮਕ ਬੱਚੇ ਠੀਕ ਹੈ ਸਿਰਜਣਾਤਮਕ ਬੱਚੇ ਯਾਨੀ ਕ੍ਰੀਏਟਿਵ ਚਿਲड्रन ਹੁਣ ਦੇਖੋ ਜਿਹੜੀ ਕ੍ਰੀਏਟੀਵਿਟੀ ਹੈ ਸਿਰਜਣਾਤਮਕਤਾ ਹੈ ਉਹ ਇੱਕ ਬੌਧਿਕ ਕਿਰਿਆ ਹੁੰਦੀ ਹੈ ਠੀਕ ਹੈ ਬੋਦੀ ਕਿਹਾ ਨੀ ਮੈਂਟਲੀ ਠੀਕ ਹੈ ਮੈਂਟਲੀ ਪ੍ਰੋਸੈਸ ਹੈ ਜੋ ਕਿ ਸਮੱਸਿਆ ਨੂੰ ਨਵੇਂ ਤਰੀਕੇ ਨਾਲ ਸੋਲਵ ਕਰਨ ਦੇ ਵਿੱਚ ਕਿਸੇ ਪ੍ਰੋਬਲਮ ਨੂੰ ਨਵੇਂ ਤਰੀਕੇ ਦੇ ਨਾਲ ਦੇਖਣ ਦੇ ਵਿੱਚ ਜਿਹੜਾ ਹੈ ਉਹ ਵਿਸ਼ਵਾਸ ਰੱਖਦੀ ਹੈ ਯਾਨੀ ਕਿ ਦੇਖੋ ਕ੍ਰੀਏਟੀਵਿਟੀ ਕੀ ਹੁੰਦੀ ਹੈ ਜਦੋਂ ਆਪਾਂ ਨੂੰ ਕੋਈ ਚੀਜ਼ ਦੇ ਵਿੱਚੋਂ ਕੋਈ ਨਵੀਂ ਓਪਰਚੁਨਿਟੀ ਦਿਖੇ ਆਪਾਂ ਕੋਈ ਨਵੀਂ ਚੀਜ਼ ਕ੍ਰੀਏਟ ਕਰੀਏ ਉਹਨੂੰ ਹੀ ਆਪਾਂ ਕ੍ਰੀਏਟੀਵਿਟੀ ਕਹਾਂਗੇ ਹਨਾ ਤਾਂ ਜਿਹੜੇ ਕ੍ਰੀਏਟਿਵ ਬੱਚੇ ਹੁੰਦੇ ਨੇ ਉਹ ਨਵੇਂ ਪੈਟਰਨ ਨੂੰ ਫੋਲੋ ਕਰਦੇ ਨੇ ਮੰਨ ਲਓ ਕੋਈ ਪ੍ਰੋਬਲਮ ਆ ਗਈ ਤਾਂ ਉਸ ਪ੍ਰੋਬਲਮ ਤੇ ਉਹ ਕੋਈ ਨਾ ਕੋਈ ਹੱਲ ਲੱਭ ਲੈਣਗੇ ਤੇ ਹੱਲ ਵੀ ਇਹੋ ਜਿਹਾ ਹੋਊਗਾ ਜ ਨਵਾਂ ਨਰ ਰੋਇਆ ਹੋਏਗਾ ਨਵੀਂ ਚੀਜ਼ ਕ੍ਰੀਏਟ ਕਰ ਦੇਣਗੇ ਜਿਵੇਂ ਦੇਖੋ ਇਸ ਪਿਕਚਰ ਦੇ ਵਿੱਚ ਤੁਸੀਂ ਉਹਨੂੰ ਕਾਫੀ ਸਾਰੇ ਖੜਾਉਣੇ ਦਿੱਤੇ ਤੋੜ ਮੋੜ ਕੇ ਹਨਾ ਉਹਨੇ ਇਕੱਠਾ ਕਰਕੇ ਕੁਛ ਨਾ ਕੁਛ ਉਹਦਾ ਬਣਾਤਾ ਯਾਨੀ ਕ੍ਰੀਏਟ ਕਰਤਾ ਕਲੀਅਰ ਹੈ ਐਨੀ ਗੱਲ ਸਮਝ ਆ ਗਈ ਇਸ ਤਰੀਕੇ ਦੇ ਬੱਚੇ ਨੇ ਬਹੁਤ ਜ਼ਿਆਦਾ ਕਿਉਰੀਅਸ ਹੁੰਦੇ ਨੇ ਜ ਗਿਆਸਾ ਉਹਨਾਂ ਦੇ ਵਿੱਚ ਬਹੁਤ ਹੁੰਦੀ ਹੈ ਸਾਇੰਸ ਦੇ ਰਿਲੇਟਡ ਕੁਐਸਚਨ ਜਿਹੜੇ ਨੇ ਉਹ ਬਹੁਤ ਜ਼ਿਆਦਾ ਪੁੱਛਦੇ ਹੁੰਦੇ ਨੇ ਠੀਕ ਹੈ ਤੇ ਇਸ ਦੇ ਵਿੱਚ ਕਹਿ ਲਓ ਵੀ ਬੱਚੇ ਜਿਹੜੇ ਕਮਾਂ ਦੇ ਵਿੱਚ ਰੁੱਝਣਾ ਜ਼ਿਆਦਾ ਪਸੰਦ ਕਰਦੇ ਨੇ ਉਹਨਾਂ ਦੀ ਜਿਹੜੀ ਵਿਜ਼ਨਰੀ ਪਾਵਰ ਹੈ ਕਲਪਨਿਕ ਇਮੇਜਿਨੇਸ਼ਨ ਪਾਵਰ ਹੈ ਉਹ ਬਹੁਤ ਹੀ ਜ਼ਿਆਦਾ ਕਹਿ ਲਓ ਵੀ ਤੇਜ਼ ਹੁੰਦੀ ਹੈ ਸ਼ਾਰਪ ਹੁੰਦੀ ਹੈ ਕਲੀਅਰ ਹੈ ਇਹਨਾਂ ਬੱਚਿਆਂ ਨੂੰ ਜਿਹੜਾ ਕਹਿ ਲਓ ਵੀ ਤੁਸੀਂ ਰੇਟਿੰਗ ਸਕੇਲ ਹੋ ਗਿਆ ਹਨਾ ਹੋਰ ਜਿਹੜੀ ਕਹਿ ਲਓ ਵੀ ਇੰਟਰਵਿਊਜ਼ ਹੋ ਗਈਆਂ ਜਾਂ ਫਿਰ ਜਿਹੜਾ ਆਪਣੇ ਕੋਲ ਹੋ ਗਿਆ ਔਰਲ ਟੈਸਟ ਤੇ ਇੱਕ ਹੋਰ ਹੁੰਦਾ ਆਪਣੇ ਕੋਲ ਰਿਟਰਨ ਟੈਸਟ ਇਹ ਜੀ ਐਕਟੀਵਿਟੀਜ਼ ਦੇ थ्रू ਇਹ ਜੇ ਮੈਥਡਸ ਦੇ थ्रू ਜਿਹੜਾ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਾ ਸਕਦੇ ਹਾਂ ਠੀਕ ਹੈ ਜਿਹੜੇ ਕ੍ਰੀਏਟੀਵਿਟੀ ਵਾਲੇ ਬੱਚੇ ਹੁੰਦੇ ਨੇ ਉਹਨਾਂ ਦੇ ਲਈ ਐਜੂਕੇਸ਼ਨਲ ਪ੍ਰੋਗਰਾਮਸ ਵਿੱਚ ਲਾਏ ਜਾਂਦੇ ਨੇ ਠੀਕ ਹੈ ਉਹਨਾਂ ਨੂੰ ਸਾਰੇ ਵਿਦਿਆਰਥੀਆਂ ਦੇ ਵਿੱਚ ਜਿਹੜੀ ਹੈ ਸੁਤੰਤਰਤਾ ਦਿੱਤੀ ਜਾਂਦੀ ਹੈ ਸਗੋਂ ਉਹਨੂੰ ਕਿਹਾ ਜਾਂਦਾ ਵੀ ਤੂੰ ਹੋਰ ਬੱਚਿਆਂ ਨੂੰ ਵੀ ਆਪਦੇ ਨਾਲ ਰੱਖਿਆ ਕਰ ਤਾਂ ਕਿ ਤੈਨੂੰ ਦੇਖ ਕੇ ਹੋਰ ਬੱਚੇ ਵੀ ਜਿਹੜਾ ਇੰਪਰੂਵਮੈਂਟ ਕਰਨ ਹਨਾ ਤਾਂ ਉਹ ਕਿਹੜੇ ਬੱਚੇ ਹੋਗੇ ਆਪਣੇ ਕੋਲ ਹੋਗੇ ਕ੍ਰੀਏਟਿਵ ਬੱਚੇ ਠੀਕ ਹੈ ਉਹਨਾਂ ਨੂੰ ਖੇਡ ਵਿਧੀ ਦੇ ਰਾਹੀਂ ਸਮੂਹਿਕ ਵਾਦ-ਵਿਵਾਦ ਹੋ ਗਿਆ ਸਮੱਸਿਆਵਾਂ ਨੂੰ ਹੱਲ ਕਰਨ ਦੀ ਵਿਧੀ ਹੋ ਗਿਆ ਕੁਇਜ਼ ਹੋ ਗਿਆ ਕੁਇਜ਼ ਦੇ ਰਾਹੀਂ ਜਿਹੜਾ ਇਹ ਬੱਚੇ ਬਹੁਤ ਜ਼ਿਆਦਾ ਜਲਦੀ ਸਿੱਖਦੇ ਨੇ ਠੀਕ ਹੈ ਤਾਂ ਇਹ ਬੱਚੇ ਹੁੰਦੇ ਨੇ ਜੀ ਆਪਣੇ ਕੋਲ ਸਿਰਜਣਾਤਮਕ ਬੱਚੇ ਜਿਹਨੂੰ ਆਪਾਂ ਕਹਾਂਗੇ ਕ੍ਰੀਏਟਿਵ ਚਿਲड्रन ਕਲੀਅਰ ਹੈ ਜੀ ਇਹ ਬੱਚੇ ਜਿਹੜੇ ਨੇ ਮੋਸਟਲੀ ਅਸਧਾਰਨ ਕਾਰਜ ਕਰਦੇ ਨੇ ਜਿਹੜੇ ਨਾਰਮਲ ਬੱਚੇ ਨੇ ਉਹ ਹੋਰ ਤਰੀਕੇ ਨਾਲ ਕਰਦੇ ਨੇ ਜਿਹੜੇ ਕ੍ਰੀਏਟਿਵ ਬੱਚੇ ਹੁੰਦੇ ਨੇ ਉਹ ਹੋਰ ਤਰੀਕੇ ਨਾਲ ਕਰਦੇ ਨੇ ਕਲੀਅਰ ਹੈ ਜੀ ਤਾਂ ਕ੍ਰੀਏਟਿਵ ਚਿਲड्रन ਵੀ ਸਮਝ ਆ ਗਏ ਤਾਂ ਕ੍ਰੀਏਟਿਵ ਚਿਲड्रन ਦੇ ਵਿੱਚ ਜਿਹੜੇ ਬੱਚੇ ਨੇ ਉਹ ਨਵੀਆਂ ਚੀਜ਼ਾਂ ਬਣਾਉਂਦੇ ਨੇ ਠੀਕ ਹੈ ਮੰਨ ਲਓ ਕੋਈ ਪੈਟਰਨ ਹੋਇਆ ਕਿਸੇ ਚੀਜ਼ ਨੂੰ ਉਹ ਫੋਲੋ ਕਰਦੇ ਨੇ ਇੱਕ ਗੱਲ ਹੋਰ ਹੈ ਵੀ ਇਹ ਚੀਜ਼ ਕੰਪਲਸਰੀ ਨਹੀਂ ਹੈਗੀ ਕਿ ਜਿਹੜਾ ਬੱਚਾ ਕ੍ਰੀਏਟਿਵ ਹੈ ਉਹਦਾ ਹਾਈ ਆਈਕਿਊ ਜਿਹੜਾ ਜ਼ਿਆਦਾ ਹੋਏਗਾ ਯਾਨੀ ਇੰਟੈਲੀਜੈਂਸ ਵੀ ਜ਼ਿਆਦਾ ਹੋਊਗਾ ਇੰਟੈਲੀਜੈਂਟ ਜ਼ਿਆਦਾ ਹੋਊਗਾ ਨੋ ਇਹ ਕਿਤੇ ਨਹੀਂ ਲਿਖਿਆ ਹੈਗਾ ਹਾਂ ਗਿਫਟਿਡ ਚਿਲड्रन ਜਿਹੜਾ ਹੈ 100% ਸ਼ੋਰ ਹੈ ਵੀ ਜੋ ਗਿਫਟਿਡ ਚਿਲड्रन ਹੈ ਤਾਂ ਆਈਕਿਊ ਬਹੁਤ ਜ਼ਿਆਦਾ ਹੋਏਗਾ 140 ਪਲੱਸ ਹੋਏਗਾ ਠੀਕ ਹੈ ਲੇਕਿਨ ਜਿਹੜਾ ਬੱਚਾ ਆਪਣੇ ਕੋਲ ਕ੍ਰੀਏਟਿਵ ਹੈ ਇਹ ਜ਼ਰੂਰੀ ਨਹੀਂ ਹੈਗਾ ਨੋਟ ਦ ਕੰਪਲਸਰੀ ਕਿਹੜੇ ਕ੍ਰੀਏਟਿਵ ਚਿਲड्रन ਨੇ ਉਹਨਾਂ ਦਾ ਆਈਕਿਊ ਵੀ ਜਿਹੜਾ ਹੈ ਉਹ ਹਾਈ ਹੋਊਗਾ ਕਲੀਅਰ ਹੈ ਦੋਨੋਂ ਕੈਟਾਗਰੀਜ਼ ਜਿਹੜੀਆਂ ਨੇ ਦੋਨੋਂ ਪਰਸਨੈਲਿਟੀਆਂ ਬੱਚਿਆਂ ਦੀਆਂ ਜਿਹੜੀਆਂ ਨੇ ਸਮਝ ਆ ਚੁੱਕੀਆਂ ਨੇ ਤੁਹਾਨੂੰ ਉਸ ਤੋਂ ਬਾਅਦ ਥਰਡ ਕੈਟਾਗਰੀ ਹੈ ਜੀ ਟੈਲੈਂਟਡ ਚਿਲड्रन ਠੀਕ ਹੈ ਟੈਲੈਂਟਡ ਇਹਨੂੰ ਪੰਜਾਬੀ ਦੇ ਵਿੱਚ ਆਪਾਂ ਕਹਿ ਦਿੰਨੇ ਆ ਜੀ ਪ੍ਰਤਿਭਾਸ਼ਾਲ ਪ੍ਰਤਿਭਾਸ਼ੀਲ ਠੀਕ ਹੈ ਪ੍ਰਤਿਭਾਸ਼ੀਲ ਬੱਚੇ ਟੈਲੈਂਟਡ ਚਿਲड्रन प्रतिभाशील ਸ਼ਬਦ ਜਿਹੜਾ ਆਮ ਤੌਰ ਤੇ ਕ੍ਰੀਏਟਿਵ ਦੇ ਨਾਲ ਮਿਲਦਾ ਜੁਲਦਾ ਹੀ ਹੈ ਲੇਕਿਨ ਕਿਤੇ ਨਾ ਕਿਤੇ ਜਿਹੜੇ ਨੇ ਥੋੜੇ ਥੋੜੇ ਡਿਫਰੈਂਸ ਦੇਖਣ ਨੂੰ ਮਿਲਦੇ ਨੇ ਠੀਕ ਹੈ ਇਹਨਾਂ ਦਾ ਆਈਕਿਊ ਵੀ ਬਹੁਤ ਉੱਚਾ ਹੁੰਦਾ ਹੈ ਠੀਕ ਹੈ ਜੀ ਪਰਿਭਾਸ਼ਾਵਾਂ ਅਲੱਗ ਅਲੱਗ ਜਿਹੜੇ ਵਿਗਿਆਨੀ ਨੇ ਉਹਨਾਂ ਵੱਲੋਂ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਨੇ ਠੀਕ ਹੈ ਜਿਹੜੇ ਆਪਣੇ ਵੁੱਡਬਰਥ ਨੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਟੈਲੈਂਟਡ ਚਿਲड्रन ਨੇ ਉਹ ਸਰੀਰਿਕ ਗਰੁੱਪ ਦੇ ਵਿੱਚ ਪੂਰਨ ਤੌਰ ਤੇ ਵਿਕਸਿਤ ਹੁੰਦੇ ਨੇ ਉਹਨਾਂ ਦੀ ਜਿਹੜੀ ਸਿਹਤ ਆ ਉਹ ਚੰਗੀ ਹੁੰਦੀ ਹੈ ਇਹਨਾਂ ਦੀ ਜਿਹੜੀ ਗਿਆਨ ਇੰਦਰੀਆਂ ਨੇ ਸੈਂਸਿਸ ਨੇ ਦੇ ਵਿੱਚ ਬੈਠਣਾ ਖੜੇ ਹੋਣਾ ਚੱਲਣਾ ਹਨਾ ਜਾਂ ਹੱਸਣਾ ਗੱਲਾਂ ਕਰਨਾ ਜਿਆਦਾ ਜਲਦੀ ਸਿੱਖ ਜਾਂਦੇ ਨੇ ਵਧੀਆ ਸਰੀਰ ਹੁੰਦਾ ਏ ਉਹਨਾਂ ਦਾ ਪ੍ਰਤਿਭਾਸ਼ਾਲ ਜਿਹੜੇ ਬੱਚੇ ਨੇ ਯਾਨੀ ਟੈਲੈਂਟਡ ਬੱਚੇ ਜਿਹੜ ਨੇ ਉਹ ਸਧਾਰਨ ਬੱਚਿਆਂ ਦੀ ਤੁਲਨਾ ਦੇ ਵਿੱਚ ਜਨਮ ਦੇ ਵੇਲੇ ਵਾਧੂ ਭਾਰੀ ਹੁੰਦੇ ਨੇ ਕਲੀਅਰ ਹੈ ਉਹ ਸਧਾਰਨ ਬੱਚਾ ਤੋਂ 2 ਜਾਂ 3 ਮਹੀਨੇ ਪਹਿਲਾਂ ਹੀ ਬੈਠਣਾ ਚੱਲਣਾ ਸਿੱਖ ਜਾਂਦੇ ਨੇ ਇਹ ਸਾਰੀਆਂ ਚੀਜ਼ਾਂ ਕਿੱਥੋਂ ਮਿਲਦੀਆਂ ਨੇ ਜਦੋਂ ਬੱਚੇ ਨੂੰ ਆਪਾਂ ਫਾਈਂਡ ਕਰਦੇ ਆਂ ਕਲੀਅਰ ਉਹਨਾਂ ਦੀ ਜਿਹੜੀ ਬੋਧਿਕਤਾ ਹੁੰਦੀ ਹੈ ਮੈਂਟਲ ਲੈਵਲ ਹੁੰਦਾ ਹੈ ਉੱਚਾ ਹੁੰਦਾ ਏ ਠੀਕ ਹੈ ਉਹ ਆਪਣੇ ਹਰੇਕ ਡਿਸੀਜਨ ਨੂੰ ਤਰਕ ਦੇ ਨਾਲ ਲੈ ਕੇ ਚੱਲਦੇ ਨੇ ਉਹਨਾਂ ਦੀ ਜਿਹੜੀ ਯਾਦਸ਼ਕਤੀ ਹੁੰਦੀ ਹੈ ਮੈਮਰੀ ਪਾਵਰ ਹੁੰਦੀ ਹੈ ਟੈਲੈਂਟਡ ਬੱਚਿਆਂ ਦੀ ਹਨਾ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਸ਼ਾਰਪ ਹੁੰਦੀ ਹੈ ਠੀਕ ਹੈ ਉਹਨੂੰ ਜਿਹੜੀ ਨੋਲਿਜ ਹੈ ਲਰਨਿੰਗ ਹੈ ਉਹਦੇ ਵਿੱਚ ਇੰਟਰਸਟ ਹੁੰਦਾ ਏ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਟੈਲੈਂਟਡ ਬੱਚਾ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਜੇ ਤੁਸੀਂ ਉਹਨੂੰ ਬਾਰ-ਬਾਰ ਇੱਕੋ ਗੱਲ ਕੰਮ ਦੇਈ ਜਾਓਗੇ ਨਾ ਉਹਨੇ ਬੋਰ ਹੋ ਜਾਣਾ ਹੈ ਯਾਨੀ ਕਿ ਇਹ ਟੈਲੈਂਟਡ ਬੱਚੇ ਨੂੰ ਨਵਾਂ ਕੰਮ ਕਰਨ ਦੇ ਵਿੱਚ ਜ਼ਿਆਦਾ ਖੁਸ਼ੀ ਮਹਿਸੂਸ ਕਰਦੇ ਨੇ ਜਦ ਕਿ ਉਹ ਦੁਬਾਰਾ ਜੇ ਤੁਸੀਂ ਮੁਰਦੋ ਹਰਾਈ ਕਹੋਗੇ ਕਿਸੇ ਚੀਜ਼ ਨੂੰ ਕਰਨ ਦੇ ਵਿੱਚ ਤਾਂ ਉਹਨਾਂ ਨੇ ਉਹ ਚੀਜ਼ ਜਿਹੜੀ ਉਹ ਨਹੀਂ ਫੀਲ ਨਹੀਂ ਕਰਨੀ ਹੈਗੀ ਡਰਾਇੰਗ ਹੋ ਗਿਆ ਮਿਊਜ਼ਿਕ ਹੋ ਗਿਆ ਮੈਥ ਹੋ ਗਿਆ ਸਾਇੰਸ ਦੇ ਰਿਲੇਟਿਡ ਹੋ ਗਿਆ ਇਹਦੇ ਵਿੱਚ ਜਿਹੜੇ ਬੱਚੇ ਜ਼ਿਆਦਾ ਇੰਟਰਸਟ ਲੈਂਦੇ ਨੇ ਕਿਹੜੇ ਬੱਚੇ ਨੇ ਟੈਲੈਂਟਡ ਬੱਚੇ ਨੇ ਕਲੀਅਰ ਹੈ ਅੰਨੀ ਗੱਲ ਸਮਝ ਆ ਗਈ ਇਹ ਜਿਹੜੇ ਬੱਚੇ ਨੇ ਮੋਸਟਲੀ ਸਾਰਿਆਂ ਦੇ ਪਿਆਰੇ ਹੁੰਦੇ ਨੇ ਕਿਉਂਕਿ ਦੇਖੋ ਜਿਹੜੇ ਟੈਲੈਂਟਡ ਬੱਚੇ ਨੇ ਉਹ ਤਾਂ ਉਹਦੀ ਉਹਦੇ ਟੈਲੈਂਟ ਆ ਪਛਾਣ ਚਾਹੀ ਕੋਈ ਵੀ ਟੀਚਰ ਉਹ ਕਰੇ ਲਊਗਾ ਹੈਨਾ ਤਾਂ ਇਹ ਚੀਜ਼ਾਂ ਹੁੰਦੀਆਂ ਨੇ ਇਹਨਾਂ ਦੇ ਬਿਹਾਫ ਤੇ ਆਪਾਂ ਜਿਹੜਾ ਨਾ ਬੱਚਿਆਂ ਨੂੰ ਵੰਡ ਸਕਦੇ ਹਾਂ ਠੀਕ ਹੈ ਇਹਨਾਂ ਦੀ ਜਿਹੜੀ ਭਾਸ਼ਾ ਹੁੰਦੀ ਆ ਬਹੁਤ ਵਧੀਆ ਹੁੰਦੀ ਆ ਸ਼ਬਦਾਂ ਦੇ ਵਿੱਚ ਇਹਨਾਂ ਦੀ ਕੁਸ਼ਲਤਾ ਹੁੰਦੀ ਹੈ ਠੀਕ ਹੈ ਹਰ ਪ੍ਰਕਾਰ ਦੀ ਜਿਹੜੀ ਤੁਸੀਂ ਉਹਨੂੰ ਕੋਈ ਵੀ ਐਕਟਿੰਗ ਕਰਨ ਨੂੰ ਕਹੋਗੇ ਉਹ ਕਰ ਲੇਗਾ ਅਧਿਆਪਕ ਦੀ ਭੂਮਿਕਾ ਦੇ ਵਿੱਚ ਜਿਹੜੇ ਨੇ ਇਹ ਬੱਚੇ ਬਹੁਤ ਹੀ ਜ਼ਿਆਦਾ ਇੰਪੋਰਟੈਂਸ ਜਿਹੜਾ ਰੋਲ ਹੈ ਅਦਾ ਕਰਦੇ ਨੇ ਕਲੀਅਰ ਹੈ ਅੱਗੇ ਵਧਦੇ ਹਾਂ ਅੱਗੇ ਆਪਣੇ ਕੋਲ ਹੈਗੇ ਨੇ ਇਸ ਚੈਪਟਰ ਦੇ ਵਿੱਚੋਂ ਆਏ ਹੋਏ ਕੁਐਸਚਨ ਫਸਟ ਕੁਸ਼ਨ ਹੈ ਹੇਠਾ ਦਿੱਤਿਆਂ ਵਿੱਚੋਂ ਕਿਹੜਾ ਵਿਦਿਆਰਥੀ ਵਿੱਚ ਰਚਨਾਤਮਕਤਾ ਨੂੰ ਵਧਾਏਗਾ ਯਾਨੀ ਕ੍ਰੀਏਟੀਵਿਟੀ ਜਿਹੜੀ ਹੈ ਉਹ ਆਪਾਂ ਨੇ ਤੇਜ਼ ਕਰਨੀ ਹੈ ਕਿਹੜਾ ਮੈਥਡ ਹੈ ਜਿਸ ਦੇ ਰਾਹੀਂ ਬੱਚੇ ਦੀ ਕ੍ਰੀਏਟੀਵਿਟੀ ਤੇਜ਼ ਹੋਏਗੀ ਫਸਟ ਆਪਸ਼ਨ ਹੈ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦਾ ਪ੍ਰਯੋਗੀ ਮੁੱਲ ਪੜਾਉਣਾ ਯਾਨੀ ਕਿ ਟੀਚਿੰਗ ਦਾ ਸਟੂਡੈਂਟਸ ਦਾ ਪ੍ਰੈਕਟੀਕਲ ਵੈਲਿਊ ਆਫ ਗੁੱਡ ਐਜੂਕੇਸ਼ਨ ਸੈਕੰਡ ਹੈ ਪ੍ਰੋਵਾਈਡਿੰਗ ਓਪਰਚ्युनिटीज ਟੂ ਕੁਐਸਚਨ ਐਂਡ ਨਰਚਰ ਦਾ ਇਨਨੇਟ ਟੈਲੈਂਟਸ ਆਫ ਏਵਰੀ ਲਰਨਰ ਯਾਨੀ ਕਿ ਬੱਚੇ ਨੂੰ ਪ੍ਰਸ਼ਨ ਪੁੱਛਣ ਦੀ ਆਜ਼ਾਦੀ ਦੇਣਾ ਤੇ ਉਸ ਦੇ ਅੰਦਰ ਜਿਹੜਾ ਟੈਲੈਂਟ ਹੈ ਉਹਨੂੰ ਬਾਹਰ ਕੱਢਣ ਦੇ ਵਿੱਚ ਮਦਦ ਕਰਨਾ ਅਫਸਰ ਪ੍ਰਦਾਨ ਕਰਨਾ ਠੀਕ ਹੈ ਜੀ ਥਰਡ ਹੈ ਇਮਫਸਾਈਜ਼ਿੰਗ ਅਚੀਵਮੈਂਟ ਗੋਲਸ ਫਰੋਮ ਦੀ ਬਿਗਨਿੰਗ ਆਫ ਸਕੂਲ ਲਾਈਫ ਯਾਨੀ ਸਕੂਲ ਜੀਵਨ ਦੇ ਆਰੰਭ ਤੋਂ ਹੀ ਪ੍ਰਾਪਤੀ ਉਦੇਸ਼ਾਂ ਤੇ ਜ਼ੋਰ ਦੇਣਾ ਤੇ ਲਾਸਟ ਆਪਸ਼ਨ ਹੈ ਕੋਚਿੰਗ ਸਟੂਡੈਂਟਸ ਫੋਰ ਗੁੱਡ ਮਾਰਕਸ ਇਨ ਦ ਐਗਜ਼ਾਮੀਨੇਸ਼ਨ ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਬੀ ਇੱਥੇ ਇੱਕ ਗੱਲ ਯਾਦ ਰੱਖੋ ਜਿੱਥੇ ਵੀ ਬੱਚੇ ਨੂੰ ਰੱਟਾ ਲਗਾਉਣ ਦੀ ਗੱਲ ਹੋਗੀ ਬੱਚੇ ਨੂੰ ਕੋਚਿੰਗ ਦੀ ਹੋਗੀ ਬੱਚੇ ਨੂੰ ਪ੍ਰੈਸ਼ਰਾਈਜ਼ ਕਰਨ ਦੀ ਹੋਗੀ ਬੱਚੇ ਨੂੰ ਉਦੇਸ਼ ਦੇਣ ਦੀ ਹੋਗੀ ਬੱਚੇ ਨੂੰ ਕਿਸੇ ਤਰੀਕੇ ਦਾ ਦਬਾਅ ਮਹਿਸੂਸiyat ਤਣਾਅ ਮਹਿਸੂਸ ਕਰਨ ਦੀ ਹੋਗੀ ਤਾਂ ਜਿੱਥੇ ਵੀ ਇਹ ਪੁਆਇੰਟ ਦਿਖ ਗਿਆ ਉਹਨਾਂ ਸਾਰੇ ਪੁਆਇੰਟਸ ਨੂੰ ਆਪਾਂ ਨੇਗੇਟਿਵ ਲੈ ਕੇ ਚੱਲਣਾ ਹੈ ਕੱਟ ਦੇਣਾ ਹੈ ਉਹਨੂੰ ਕਲੀਅਰ ਹੈ ਜਿਵੇਂ ਦੇਖੋ ਇਹਨਾਂ ਨੇ ਕੀ ਕਿਹਾ ਪ੍ਰਯੋਗੀ ਮੁੱਲ ਪੜਾਉਣਾ ਤੁਸੀਂ ਬੱਚੇ ਦਾ ਕਿਹੜੇ ਪੜਾ ਰਹੇ ਹੋ ਪਹਿਲੀ ਤੋਂ 5ਵੀਂ ਦੇ ਹਨਾ ਤੇ ਆਪਾਂ ਟਿਕ ਕਰ ਰਹੇ ਹਾਂ ਪ੍ਰਯੋਗੀ ਮੁੱਲ ਪੜਾਉਣਾ ਇਹ ਤਾਂ ਕੋਈ ਸੈਂਸ ਨਹੀਂ ਹੋਇਆ ਉਹਨਾਂ ਦੀ ਇੰਨੀ ਸਮਝ ਹੈ ਹੀ ਨਹੀਂ ਵੀ ਤੁਸੀਂ ਉਹਨੂੰ ਪ੍ਰਯੋਗੀ ਮੁੱਲ ਪੜਾਉਂਗੇ ਪ੍ਰੈਕਟੀਕਲ ਵੈਲਿਊ ਨੂੰ ਦੱਸੋਗੇ ਨੋ ਠੀਕ ਹੈ ਸੈਕਿੰਡ ਥਰਡ ਸੀ ਆਪਣੇ ਕੋਲ ਜੀਵਨ ਦੇ ਆਰੰਭ ਤੋਂ ਹੀ ਪ੍ਰਾਪਤੀ ਉਦੇਸ਼ ਤੇ ਜ਼ੋਰ ਦੇਣਾ ਜ਼ੋਰ ਦੇਣਾ ਦੇਖ ਲਓ ਤੁਸੀਂ 네ਗੇਟਿਵ ਵਰਡ ਆ ਗਿਆ ਇਹ ਵੀ ਘੱਟ ਦਿਓ ਅਗਲਾ ਕੋਚਿੰਗ ਦੇਣਾ ਇਹ ਵੀ ਗਲਤ ਹੈ ਤਾਂ ਕਿਹੜਾ ਬੱਚਾ ਹਰੇਕ ਵਿਦਿਆਰਥੀ ਨੂੰ ਪ੍ਰਸ਼ਨ ਪੁੱਛਣ ਦੀ ਆਜ਼ਾਦੀ ਦੇਣਾ ਤੇ ਉਹਦੇ ਅੰਦਰ ਉਹ ਜਿਹੜਾ ਟੈਲੈਂਟ ਹੈ ਉਹ ਨੂੰ ਬਾਹਰ ਕੱਢਣਾ ਕਲੀਅਰ ਹੈ ਜੀ ਉੱਥੇ ਜੇਕਰ ਤੁਹਾਨੂੰ ਕੁਐਸਚਨ ਨਾ ਵੀ ਆਇਆ ਨਾ ਤੁਸੀਂ ਉਹਨੂੰ ਸਿਰਫ 2 ਮਿੰਟ ਗੌਰ ਦੇ ਨਾਲ ਕੁਐਸਚਨ ਨੂੰ ਦੇਖ ਲਓ ਤੁਸੀਂ ਮਿੰਟੋਂ-ਮਿੰਟ ਹੀ ਆਨਸਰ ਕਰ ਦੋਗੇ ਸਿਰਫ ਕੈਲੋਵਲ ਲੈਂਗੁਏਜ ਸਮਝਣ ਦੀ ਦੇਰ ਹੁੰਦੀ ਹੈ ਨੈਕਸਟ ਕੁਐਸਚਨ ਆ ਆਪਣੇ ਕੋਲ ਹੇਠਾ ਦਿੱਤੀਆਂ ਵਿੱਚੋਂ ਕਿਹੜੀ ਗੁਣਵਾਨ ਸਿਖਿਆਰਥੀ ਦੀ ਇੱਕ ਵਿਸ਼ੇਸ਼ਤਾ ਹੁੰਦੀ ਹੈ ਯਾਨੀ ਕਿ ਗਿਫਟਿਡ ਲਰਨਰ ਦੀ ਕੈਰੈਕਟਿਸਟਿਕਸ ਪੁੱਛਿਆ ਉਹਨਾਂ ਨੇ ਠੀਕ ਹੈ ਫਸਟ ਹੈ ਹੀ ਗੈਟਸ ਫੀਲ ਅਗਰੈਸਿਵ ਐਂਡ ਫਰਸਟ੍ਰੇਟਿਡ ਇਹ ਤਾਂ ਗਲਤ ਹੈ ਦੇਖੋ ਜਿਹੜਾ ਬੱਚਾ ਗਿਫਟਿਡ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਬਹੁਤ ਘੱਟ ਗੁੱਸਾ ਦੇਖਣ ਨੂੰ ਮਿਲੇਗਾ ਠੀਕ ਹੈ ਪੁਆਇੰਟ ਇਹ ਕੱਟ ਗਿਆ ਸੈਕੰਡ ਹੈ ਜੇਕਰ ਜਮਾਤ ਕਿਰਿਆਵਾਂ ਚੁਣੌਤੀਪੂਰਨ ਨਹੀਂ ਹੰਤਾ ਉਹ ਘੱਟ ਉਤਸ਼ਾਹਿਤ ਅਤੇ ਬੋਰ ਮਹਿਸੂਸ ਕਰ ਸਕਦਾ ਹੈ ਇਹ ਮੈਂ ਤੁਹਾਨੂੰ ਆਲਰੇਡੀ ਤੁਹਾਨੂੰ ਪੁਆਇੰਟ ਸਮਝਾਇਆ ਸੀ ਵੀ ਜਿਹੜੇ ਗਿਫਟਿਡ ਬੱਚੇ ਹੁੰਦੇ ਨੇ ਜੇ ਤੁਸੀਂ ਉਹਨੂੰ ਬਾਰ-ਬਾਰ ਰਿਪੀਟ ਕਰਨ ਨੂੰ ਕਹੋਗੇ ਰਿਵਾਈਜ਼ ਕਰਨ ਨੂੰ ਕਹੋਗੇ ਜਾਂ ਫਿਰ ਉਹਨੂੰ ਸਿਰਫ ਕਲਾਸ 'ਚ ਬੈਠਣ ਦੇ ਲਈ ਕਹੋਗੇ ਉਹ ਬੋਰ ਮਹਿਸੂਸ ਕਰੇਗਾ ਇਹ ਜਿਹੇ ਬੱਚੇ ਚਾਹੁੰਦੇ ਨੇ ਵੀ ਸਾਨੂੰ ਕੁਝ ਨਵਾਂ ਸਿੱਖਣ ਨੂੰ ਮਿਲੇ ਇਹ ਜਿਹੇ ਬੱਚੇ ਬਿਜ਼ੀ ਰਹਿਣਾ ਜ਼ਿਆਦਾ ਪਸੰਦ ਕਰਦੇ ਨੇ ਠੀਕ ਹੈ ਜੀ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਅਗਲਾ ਕੁਐਸਚਨ ਹੈ ਆਪਣੇ ਕੋਲ ਵਿਅਕਤੀਗਤ ਸਿੱਖਿਆਕਾਰਜ ਯਾਨੀ ਕਿ ਆਈਈਪੀ ਕਿਸ ਦੇ ਲਈ ਹੈ ਆਈਈਪੀ ਦੀ ਫੁੱਲ ਫਾਰਮ ਨੋਟ ਕਰ ਲਓ ਜੀ ਇੰਡੀਵਿਜੂਲਾਈਜ਼ਡ ਐਜੂਕੇਸ਼ਨ ਪ੍ਰੋਗਰਾਮ ਠੀਕ ਹੈ ਇਹ ਕਿਹਦੇ ਲਈ ਹੁੰਦਾ ਹੈ ਫਰਸਟ ਆਪਸ਼ਨ ਹੈ ਅਧਿਆਪਕ ਨੂੰ ਵਿਸ਼ੇਸ਼ ਸਿੱਖਿਆਕਾਰਜ ਦੇ ਲਈ ਜ਼ਿੰਮੇਵਾਰ ਬਣਾਉਣਾ ਸੈਕਿੰਡ ਆਪਸ਼ਨ ਹੈ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਰੋਜ਼ਾਨਾ ਜਮਾਤ ਵਿੱਚ ਜੋੜਨਾ ਥਰਡ ਹੈ ਹਰ ਬੱਚੇ ਦੇ ਲਈ ਉਸ ਦੀਆਂ ਜ਼ਰੂਰਤਾਂ ਅਨੁਸਾਰ ਇੱਕ ਸਹੀ ਪ੍ਰੋਗਰਾਮ ਪ੍ਰਦਾਨ ਕਰਨਾ ਤੇ ਲਾਸਟ অপਸ਼ਨ ਹੈ ਜੀ ਉਹਨਾਂ ਸੇਵਾਵਾਂ ਦੀ ਪਹੁੰਚ ਨੂੰ ਘਟਾਉਣਾ ਜਿਹੜੀਆਂ ਇੱਕ ਬੱਚੇ ਨੂੰ ਦੂਜੇ ਦੀਆਂ ਮੁੱਖ ਜ਼ਰੂਰਤਾਂ ਲਈ ਦਿੱਤੀਆਂ ਜਾਂਦੀਆਂ ਨੇ ਤਾਂ ਆਈ ਪੀ ਦਾ ਜਿਹੜਾ ਆਪਣੇ ਕੋਲ ਕਹਿ ਲੋ ਪ੍ਰੋਗਰਾਮ ਹੁੰਦਾ ਹੈ ਉਹ ਕਿਦੇ ਲਈ ਹੁੰਦਾ ਹੈ ਉਹ ਹੁੰਦਾ ਹੈ ਜੀ অপਸ਼ਨ ਨੰਬਰ 3 ਲਈ ਹਰ ਇੱਕ ਬੱਚੇ ਦੇ ਲਈ ਉਸ ਦੀ ਜ਼ਰੂਰਤਾਂ ਦੇ ਅਨੁਸਾਰ ਇੱਕ ਸਹੀ ਪ੍ਰੋਗਰਾਮ ਪ੍ਰਦਾਨ ਕਰਨਾ ਦੇਖੋ ਨਾਮ ਤੋਂ ਯਾਦ ਨਾਮ ਤੋਂ ਪਤਾ ਲੱਗ ਰਿਹਾ ਇੰਡੀਵਿਜੁਅਲਾਈਜ਼ਡ ਇੰਡੀਵਿਜੂਅਲ ਆਇਨ ਕਿੱਥੋਂ ਬਣਿਆ ਹੈ ਇੰਡੀਵਿਜੂਅਲ ਤੋਂ ਇੰਡੀਵਿਜੂਅਲ ਕੀ ਹੁੰਦਾ ਹੈ ਇਕੱਲਾ ਵਿਅਕਤੀਗਤ ਜਦੋਂ ਆਪਾਂ ਕਿਸੇ ਇੱਕ ਬੰਦੇ ਦੀ ਗੱਲ ਕਰਦੇ ਆ ਤਾਂ ਆਪਾਂ ਇੰਡੀਵਿਜੂਅਲ ਦੀ ਗੱਲ ਕਰਦੇ ਆ ਇੱਕ ਜਿਹਨਾਂ ਨੂੰ ਆਪਾਂ ਇੰਡੀਵਿਜੂਅਲ ਕਹਾਵਾਂਗੇ ਠੀਕ ਹੈ ਤਾਂ ਜਿਵੇਂ ਕਿ ਨਾਮ ਤੋਂ ਪਤਾ ਲੱਗ ਰਿਹਾ ਹੈ ਇੰਡੀਵਿਜੂਅਲ ਐਜੂਕੇਸ਼ਨ ਪ੍ਰੋਗਰਾਮ ਯਾਨੀ ਇੱਕ ਇੱਕ ਦੇ ਲਈ ਤਾਂ ਉਹ ਤਾਂ ਤੁਹਾਨੂੰ ਇੱਥੇ ਪੁਆਇੰਟ ਕਲੀਅਰ ਹੀ ਹੋ ਗਿਆ ਹੋਣਾ ਵੀ ਹਰ ਬੱਚੇ ਦੀ ਲਈ ਯਾਨੀ ਇਕੱਲੇ-ਇਕੱਲੇ ਬੱਚੇ ਦੀ ਜ਼ਰੂਰਤਾਂ ਦੇ ਅਨੁਸਾਰ ਇੱਕ ਸਹੀ ਪ੍ਰੋਗਰਾਮ ਪ੍ਰਦਾਨ ਕਰਨ ਨੂੰ ਆਪਾਂ ਆਈਪੀ ਦੇ ਵਿੱਚ ਕਨਸੀਡਰ ਕਰਾਂਗੇ ਕਲੀਅ ਤੁਹਾਡੀ ਕਲਾਸ ਵਿੱਚ ਕੁਝ ਵਿਦਿਆਰਥੀ ਵਿਸ਼ੇਸ਼ ਤੌਰ ਤੇ ਬੁੱਧੀਮਾਨ ਹਨ ਤੁਸੀਂ ਉਹਨਾਂ ਨੂੰ ਕਿਵੇਂ ਪੜ੍ਹਾਉਂਗੇ ਖਾਸ ਤੌਰ ਤੇ ਬੱਚੇ ਜਿਹੜੇ ਨੇ ਤੁਹਾਡੇ ਕੋਲ ਇੰਟੈਲੀਜੈਂਸ ਨਹੀਂ ਠੀਕ ਹੈ ਐਕਸਟਰਾ ਇੰਟੈਲੀਜੈਂਟ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਵਿਸ਼ੇਸ਼ ਤੌਰ ਤੇ ਠੀਕ ਹੈ ਤਾਂ ਉਹਨੂੰ ਤੁਸੀਂ ਕਿਸ ਤਰੀਕੇ ਨਾਲ ਪੜ੍ਹਾਉਂਗੇ ਫਸਟ ਆਪਸ਼ਨ ਹੈ ਬਾਕੀ ਕਲਾਸ ਦੇ ਨਾਲ ਸੈਕੰਡ ਹੈ ਉਚੇਰੀਆਂ ਕਲਾਸਾਂ ਦੇ ਨਾਲ ਥਰਡ ਹੈ ਆਪਣੇ ਕੋਲ ਬਾਈ ਯੂジング ਇਨ ਰਿਚਡ ਪ੍ਰੋਗਰਾਮਸ ਤੇ ਲਾਸਟ ਹੈ ਕੇਵਲ ਉਦੋਂ ਜਦੋਂ ਚਾਹਣ ਆ ਦੇਖੋ ਫੋਰਥ ਆਪਸ਼ਨ ਤਾਂ ਕੱਟ ਗਿਆ ਸੈਕੰਡ ਹੈ ਕਲਾਸ ਦੇ ਨਾਲ ਇਹ ਵੀ ਕੱਟ ਗਿਆ ਫਰਸਟ ਕਲਾਸ ਦੇ ਨਾਲ ਉਹ ਵੀ ਕੱਟ ਗਿਆ ਕੀ ਬਚਿਆ ਇਨ ਰਿਚਡ ਪ੍ਰੋਗਰਾਮ ਇਨ ਰਿਚਡ ਪ੍ਰੋਗਰਾਮ ਉਹ ਹੁੰਦੇ ਨੇ ਜਿਦੇ ਵਿੱਚ ਹਾਈ ਲੈਵਲ ਦੀ ਐਕਟੀਵिटीज ਕਰਾਈਆਂ ਜਾਂਦੀਆਂ ਨੇ ਬਹੁਤ ਤੇਜ਼ ਮਾਈਂਡ ਦੇ ਜਿਹੜੇ ਨੇ ਸਵਾਲ ਕਰਾਏ ਜਾਂਦੇ ਨੇ ਉਹ ਸਾਰੇ ਪ੍ਰੋਗਰਾਮ ਨੂੰ ਆਪਾਂ ਇਨ ਰਿਚਡ ਪ੍ਰੋਗਰਾਮ ਕਹਿੰਦੇ ਆ ਜਿਦੇ ਵਿੱਚ ਬੱਚੇ ਬਹੁਤ ਜ਼ਿਆਦਾ ਇੰਗੇਜ ਇੰਗੇਜ ਕਰਦੇ ਨੇ ਠੀਕ ਹੈ ਬਹੁਤ ਵਧੀਆ ਤਰੀਕੇ ਨਾਲ ਇਨਕਰਜ ਹੋ ਕੇ ਜਿਹੜਾ ਕੰਮ ਕਰਨਾ ਪਸੰਦ ਕਰਦੇ ਨੇ ਤਾਂ 3 ਅਗਲਾ ਕੋਸ਼ਨ ਆਪਣੇ ਕੋਲ ਇਹਨਾਂ ਵਿੱਚੋਂ ਕਿਹੜੀ ਸਿੱਖਿਆ ਅਸਮਰਥਾ ਦੀ ਕਿਸਮ ਨਹੀਂ ਹੈ ਸਿੱਖਣ ਅਸਮਰਥਾ ਦੀ ਠੀਕ ਹੈ ਤਾਂ ਕੋਸ਼ਨ ਹੈ ਜੀ ਇਹਨਾਂ ਵਿੱਚੋਂ ਕਿਹੜੀ ਸਿੱਖਿਆ ਅਸਮਰਥਾ ਦੀ ਕਿਸਮ ਨਹੀਂ ਹੈ ਯਾਨੀ ਕਿ ਇਹਨਾਂ ਵਿੱਚੋਂ ਕਿਹੜੀ ਲਰਨਿੰਗ ਡਿਸੇਬਿਲਿਟੀ ਨਹੀਂ ਹੈਗੀ অপਸ਼ਨ ਹੈ ਜੀ ਡਿਸਕੈਲਕੂਲੀਆ ਅਫੇਜ਼ੀਆ डिस्लेक्सिया ਤੇ ਡਿਸਪ੍ਰੈਕਸੀਆ ਠੀਕ ਹੈ ਚਾਰ অপਸ਼ਨਸ ਨੇ ਦੇਖੋ ਇਹ ਹੈ ਤਾਂ ਲਰਨਿੰਗ ਡਿਸਆਰਡਰਸ ਨੇ ਆਪਾਂ ਨੇ ਪਿਛਲੇ ਚੈਪਟਰ ਦੇ ਵਿੱਚ ਕਰੇ ਸੀ ਨਾ ਲਰਨਿੰਗ ਡਿਸਆਰਡਰਸ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਨਾ ਸਾਰਿਆਂ ਦੀ ਟਾਈਪਸ ਕੀ ਕੀ ਇਹਨਾਂ ਦੀ ਡੈਫੀਨੇਸ਼ਨ ਉਹ ਸਾਰਾ ਤੁਹਾਨੂੰ ਸਮਝਾਇਆ ਸੀ ਹਨਾ ਤਾਂ ਹੁਣੇ ਕੁਐਸਚਨ ਦੇ ਵਿੱਚ ਪੁੱਛ ਰਹੇ ਨੇ ਕਿ ਇਹਨਾਂ ਵਿੱਚੋਂ ਲਰਨਿੰਗ ਡਿਸੇਬਿਲਿਟੀ ਕਿਹੜੀ ਨਹੀਂ ਹੈਗੀ ਠੀਕ ਹੈ ਤਾਂ ਦੇਖੋ ਡਿਸਕੈਲਕੁਲੀਆ ਕਿਹੜਾ ਹੁੰਦਾ ਹੈ ਜੀ ਮੈਥ ਦੇ ਰਿਲੇਟਿਡ ਵਿਕਾਰ ਹਨਾ ਯਾਨੀ ਗਣਨਾ ਦੇ ਸੰਬੰਧੀ ਪ੍ਰੋਬਲਮ ਹੁੰਦੀ ਹੈ ਗਿਣਤੀ ਨਹੀਂ ਕਰਦਾ ਮੈਥ ਦੇ ਕੰਮ ਨਹੀਂ ਕਰਦਾ ਸੈਕਿੰਡ ਸੀ ਅਫੇਜ਼ੀਆ ਅਫੇਜ਼ੀਆ ਸੀ ਬੋਲਣ ਸੰਬੰਧੀ ਵਿਕਾਰ ਹਨਾ ਪ੍ਰੋਪਰ ਬੋਲ ਨਹੀਂ ਪਾਉਂਦਾ ਹੈਗਾ ਬੱਚਾ ਤੇ ਥਰਡ ਹੈ ਆਪਣੇ ਕੋਲ ਡਿਸਲੈਕਸिया ਪੜ ਨਹੀਂ ਪਾਉਂਦਾ ਪਠਨ ਸੰਬੰਧੀ ਵਿਕਾਰ ਤੇ ਲਾਸਟ ਹੈ ਡਿਸਪ੍ਰੈਕਸੀਆ ਯਾਨੀ ਕਿ ਆਪਣੇ ਕੋਲ ਹੈਗਾ ਸੀ ਮੋਟਰ ਬੋਲਣ ਸੰਬੰਧੀ ਵਿਕਾਰ ਤਾਂ ਚਾਰ অপਸ਼ਨ ਸੀ ਡਿਸਲੈਕਸੀਆ ਅਫੇਜ਼ੀਆ ਡਿਸਲੈਕਸੀਆ ਡਿਸਪ੍ਰੈਕਸੀਆ ਠੀਕ ਹੈ ਡਿਸਕੈਲਕੁਲੀਆ ਕਿਧਰੇ ਰਿਲੇਟਿਡ ਹੈ ਮੈਥ ਅਫੇਜ਼ੀਆ ਕਾਦੇ ਰਿਲੇਟਿਡ ਆਪਣੇ ਕੋਲ ਅਫੇਜ਼ੀਆ ਹੈਗਾ ਬੋਲਣ ਦੇ ਰਿਲੇਟਿਡ ਡਿਸਲੈਕਸਿਆ ਕਾਦੇ ਲਈ ਆ ਪੜਨ ਨਾਲ ਸੰਬੰਧੀ ਵਿਕਾਰ ਯਾਨੀ ਕਿ ਰੀਡਿੰਗ ਡਿਸਆਰਡਰ ਹੈ ਇੱਕ ਤਰੀਕੇ ਨਾਲ ਸੋ ਨੂੰ ਹਵਾਜ਼ ਲਿਖੇਗਾ ਨਾਈਨੋ 6 ਲਿਖੇਗਾ ਲਾਸਟ অপਸ਼ਨ ਹੈ ਆਪਣੇ ਕੋਲ ਡਿਸਪ੍ਰੈਕਸੀਆ ਤਾਂ ਡਿਸਪ੍ਰੈਕਸੀਆ ਦਾ ਤੁਹਾਨੂੰ ਦੱਸਿਆ ਸੀ ਮੋਟਰ ਬੋਲਣ ਸੰਬੰਧੀ ਵਿਕਾਰ ਹਨਾ ਤਾਂ ਹੁਣ ਦੇਖੋ ਇਹਦੇ ਵਿੱਚ ਉਹ ਜਿਹੜਾ ਕੁਐਸਚਨ ਪੁੱਛਿਆ ਗਿਆ ਇੱਕ ਤਰੀਕੇ ਨਾਲ ਵੈਸੇ ਤਾਂ ਦੇਖੋ ਇਹ ਕੁਐਸਚਨ ਪੁੱਛਣਾ ਬਣਦਾ ਨਹੀਂ ਹੈਗਾ ਠੀਕ ਹੈ ਕਿਉਂ ਨਹੀਂ ਬਣਦਾ ਕਿਉਂਕਿ ਲਰਨਿੰਗ ਡਿਸਆਰਡਰ ਦੇ ਵਿੱਚ ਤਾਂ ਸਾਰੇ ਹੀ ਆ ਰਹੇ ਤਾਂ ਹੁਣ ਦੇਖੋ ਵੈਸੇ ਤਾਂ ਇਹ ਕੁਐਸਚਨ ਦੇਖੋ ਐਗਜ਼ਾਮ ਦੇ ਵਿੱਚ ਕਿਸੇ ਵੀ ਪੁਆਇੰਟ ਆਫ 뷰 ਤੋਂ ਮੈਨੂੰ ਸਹੀ ਨਹੀਂ ਲੱਗ ਰਿਹਾ ਹੈਗਾ ਕਿਉਂਕਿ ਲਰਨਿੰਗ ਡਿਸਆਰਡਰ ਤਾਂ ਸਾਰੇ ਨੇ ਜੇਕਰ ਇਹਨਾਂ ਵਿੱਚੋਂ ਕੋਈ ਵੀ ਦਿੱਕਤ ਬੱਚੇ ਨੂੰ ਹੋਊਗੀ ਉਹ ਬੱਚਾ ਸਿੱਖ ਹੀ ਨਹੀਂ ਪਾਊਗਾ ਫਿਰ ਵੀ ਚਲੋ ਜੇ ਕੁਐਸਚਨ ਪੁੱਛਿਆ ਐਗਜ਼ਾਮੀਨਰ ਨੇ ਤਾਂ ਹੋ ਸਕਦਾ ਵੀ ਉਹਨੇ ਮੈਂਟਲੀ ਤੇ ਪੜਾਈ ਦੇ ਰਿਲੇਟਡ ਦੋਨੋਂ ਨੂੰ ਅਲੱਗ ਕਰਕੇ ਪੁੱਛਿਆ ਜਿਵੇਂ ਦੇਖੋ ਡਿਸਕੈਲਕੂਲੀਆ ਕਾਦੇ ਵਿੱਚ ਕੰਮ ਆਉਂਦਾ ਹੈ ਪੜਨ ਦੇ ਯਾਨੀ ਮੈਥ ਦੇ ਰਿਲੇਟਡ ਠੀਕ ਹੈ ਅਫੇਜ਼ੀਆ ਬੋਲਣ ਦੇ ਰਿਲੇਟਡ ਯਾਨੀ ਜਦੋਂ ਆਪਾਂ ਪਾਠ ਪੜਾਂਗੇ ਆ ਜੋ ਵੀ ਕਰਾਂਗੇ ਠੀਕ ਹੈ ਥਰਡ ਹੈ ਡਿਸਲੈਕਸਿਆ ਰੀਡਿੰਗ ਦੇ ਰਿਲੇਟਡ ਜਿਹੜਾ ਆਪਣੇ ਕੋਲ ਲਾਸਟ ਬਚਿਆ ਡਿਸਪ੍ਰੈਕਸੀਆ ਉਹ ਮੈਂ ਤੁਹਾਨੂੰ ਦੱਸਿਆ ਸੀ ਮੋਟਰ ਬੋਲਣ ਸੰਬੰਧੀ ਵਿਕਾਰ ਜਿਵੇਂ ਕਿ ਟਾਈ ਬੰਨਣਾ ਬਟਨ ਲਗਾਉਣਾ ਫਿੱਤੇ ਬੰਨਣਾ ਤਾਂ ਇਹ ਜਿਹੜਾ ਚੌਥਾ ਹੈ ਇਹਨਾਂ ਤਿੰਨਾਂ ਤੋਂ ਅਲੱਗ ਹੈ ਡਿਸਪ੍ਰੈਕਸੀਆ ਠੀਕ ਹੈ ਇਹ ਤਿੰਨੇ ਜਿਹੜੇ ਡਿਸਕੈਲਕੂਲੀਆ ਅਫੇਜ਼ੀਆ ਡਿਸਲੈਕਸਿਆ ਇਹ ਪੜ੍ਹਾਈ ਦੇ ਰਿਲੇਟਡ ਨੇ ਜਿਹੜਾ ਡਿਸਪ੍ਰੈਕਸੀਆ ਉਹ ਕਿਤੇ ਨਾ ਕਿਤੇ ਬੋਡੀ ਦੇ ਰਿਲੇਟਡ ਹੈ ਹਣਾ ਹੱਥਾਂ ਦੀ ਜਿਹੜੀ ਕੋਆਰਡੀਨੇਸ਼ਨ ਆ ਉਹਦੇ ਰਿਲੇਟਡ ਹੈ ਕੋਆਰਡੀਨੇਸ਼ਨ ਦੀ ਪ੍ਰੋਬਲਮ ਹੁੰਦੀ ਹੈ ਬੱਚੇ ਨੂੰ ਇਸ ਦੇ ਵਿੱਚ ਤਾਂ ਸ਼ਾਇਦ ਉਸ ਵੀ ਹਫਤੇ ਇਹਨਾਂ ਨੇ অপਸ਼ਨ ਨੰਬਰ 4 ਜਿਹੜਾ ਉਹ ਜਿਹੜਾ ਇਹ ਰਾਈਟ ਆਨਸਰ ਕੱਢਿਆ ਹੈ ਮੈਨੂੰ ਲੱਗਦਾ ਇਹ ਜਦੋਂ ਐਗਜ਼ਾਮ ਹੋਇਆ ਹੋਊਗਾ 2014 ਦੇ ਵਿੱਚ ਇਹਦਾ ਗ੍ਰੇਸ ਮਾਰਕਸ ਮਿਲਿਆ ਹੋਊਗਾ ਇਸ ਐਗਜ਼ਾਮ ਇਸ ਕੁਐਸਚਨ ਦਾ ਕਿਉਂਕਿ ਇਹ ਕੁਐਸਚਨ ਕੀਤੇ ਨਾ ਕਿਤੇ ਗਲਤ ਪਾਇਆ ਹੋਇਆ ਏ ਠੀਕ ਹੈ ਬਾਕੀ ਤੁਸੀਂ ਇਸ ਨੂੰ ਜਿਹੜਾ ਆਪਣੇ ਤਰੀਕੇ ਨਾਲ ਕਰ ਸਕਦੇ ਹੋ ਅਗਲੇ ਕੁਸ਼ਚਨ ਵੱਲ ਵਧਦੇ ਆਪਾਂ ਹੇਠ ਲਿਖਿਆ ਵਿੱਚੋਂ ਕਿਹੜੀ ਮਨੋਵਿਗਿਆਨਿਕ ਵਿਚਾਰਧਾਰਾ ਵਿੱਚ ਸਿੱਖਲਾਈ ਦੀ ਸਮਝ ਜੋਨ ਲੋਕ ਦੇ ਵਿਚਾਰਾਂ ਦੇ ਆਧਾਰਿਤ ਹੈ ਦੇਖੋ ਮੈਂ ਤੁਹਾਨੂੰ ਨਾ ਇੱਕ ਅਲੱਗ ਤੋਂ ਚੈਪਟਰ ਕਰਾਵਾਂਗੀ ਜਿਸ ਦੇ ਵਿੱਚ ਮੈਂ ਤੁਹਾਨੂੰ ਕਰਾਵਾਂਗੀ ਸਕੂਲਸ ਆਫ ਸਾਈਕੋਲੋਜੀ ਠੀਕ ਹੈ ਸਕੂਲਸ ਆਫ ਸਾਈਕੋਲੋਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੈਪਟਰ ਹੈ ਠੀਕ ਹੈ ਸਾਈਕੋਲੋਜੀ ਇਹ ਜਦੋਂ ਆਪਣੀ ਸੀਡੀਪੀ ਇਥੇ ਪਾਰਟ B ਖਤਮ ਹੋ ਗਿਆ ਪਾਰਟ 3 ਜਦੋਂ ਆਪਾਂ ਕਰਾਂਗੇ ਉਹਦੇ ਵਿੱਚ ਕਰਾਵਾਂਗੇ ਉਹਦੇ ਵਿੱਚ ਮੈਂ ਤੁਹਾਨੂੰ ਕੱਲੇ ਕੱਲੇ ਬਾਰੇ ਦੱਸਾਂਗੀ ਬਿਹੇਵੀਅਰਿਜ਼ਮ ਕੀ ਹੈ ਇਹਦੇ ਵਿੱਚ ਕਿਹੜੇ ਕਿਹੜੇ ਮਨੋਵਿਗਿਆਨੀਆਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਕਿਹਨੇ ਕਿਹਨੇ ਬਿਹੇਵੀਅਰਿਜ਼ਮ ਦੀ ਥਿਊਰੀ ਦਿੱਤੀ ਠੀਕ ਹੈ ਕੌਗਨੀਟਿਵਿਜ਼ਮ ਕੀ ਹੈ ਇਹ ਕਿਹਦੇ ਕੋਣੇ ਦਾ ਪਿਤਾਮਾ ਹੈ ਕੌਣ ਫਾਦਰ ਆਫ ਕੌਗਨੀਟਿਵਿਜ਼ਮ ਕਹਾਉਂਦਾ ਹੈ ਕਿਹੜੀਆਂ ਕਿਹੜੀਆਂ ਥਿਊਰੀਆਂ ਇਹਦੇ ਵਿੱਚ ਨੇ ਹਿਊਮਨਿਜ਼ਮ ਕੀ ਹੁੰਦਾ ਹੈ ਇਹਦੇ ਵਿੱਚ ਕਿਹੜੇ ਕਿਹੜੇ ਵਿਗਿਆਨੀ ਆਉਂਦੇ ਨੇ ਤਾਂ ਇਹ ਸਾਰੇ ਮੈਂ ਤੁਹਾਨੂੰ ਇੱਕ ਅਲੱਗ ਸੈਪਰੇਟ ਵੀਡੀਓ ਦੇ ਵਿੱਚ ਕਰਾਵਾਂਗੀ ਸਾਰੇ A ਟੂ Z ਠ ਫਿਲਹਾਲ ਜਿਹੜੇ ਤੁਸੀਂ ਨਾਮ ਯਾਦ ਰੱਖੋ ਵੀ ਜਿਹੜੇ ਜੋਹਨ ਲੋਕ ਮਨੋਵਿਗਿਆਨੀ ਐ ਉਹ ਜਿਹੜਾ ਕਿਹਦੇ ਨਾਲ ਸੰਬੰਧਿਤ ਸੀ ਉਹ ਵਿਵਹਾਰਵਾਦੀ ਸੀਗਾ ਇੱਕ ਤਰੀਕੇ ਨਾਲ ਬਿਹੇਵੀਅਰਿਜ਼ਮ ਦੇ ਵਿੱਚ ਜਿਹੜਾ ਵਿਸ਼ਵਾਸ ਰੱਖਦਾ ਸੀ ਕਲੀਅਰ ਹੈ ਤਾਂ ਇੱਥੇ ਆਪਣੇ ਇਹ ਸਾਰੇ ਜਿਹੜੇ ਨੇ ਕੁਐਸਚਨ ਖਤਮ ਹੋ ਗਏ ਜਿਹੜਾ ਆਪਣਾ ਚੈਪਟਰ ਹੈ ਉਹ ਖਤਮ ਹੋ ਗਿਆ ਪੂਰਾ ਜਿਸ ਦੇ ਵਿੱਚ ਹੈਗਾ ਸੀ ਟੈਲੈਂਟਿਡ ਗਿਫਟਿਡ ਚਿਲड्रन ਬਾਰੇ ਲੱਭਣਾ ਉਹਨਾਂ ਨੂੰ ਜਾਨਣਾ ਪਛਾਨਣਾ ਠੀਕ ਹੈ ਹੁਣ ਆਪਾਂ ਅੱਗੇ ਕਰਨ ਲੱਗੇ ਹਾਂ ਜੀ ਫੋਰ ਪੈਰੈਂਟਿੰਗ ਸਟਾਈਲਸ 4 ਪੈਰੈਂਟਿੰਗ ਸਟਾਈਲਸ ਕੀ ਹੁੰਦੇ ਨੇ ਦੇਖੋ ਤੁਸੀਂ ਕਲਾਸ ਦੇ ਵਿੱਚ ਬੱਚੇ ਦੇਖਿਓ ਕਈ ਬੱਚੇ ਬਹੁਤ ਜ਼ਿਆਦਾ ਨਰਮ ਸੁਭਾਅ ਦੇ ਹੋਣਗੇ ਵੀ ਤੁਸੀਂ ਉਹਨੂੰ ਮੜਾ ਜਾ ਪਿਆਰ ਨਾਲੇ ਖਿੱਚ ਦੋ ਉਹਨੇ ਰੋਣ ਲੱਗ ਜਾਣਾ ਹੈ ਕਈ ਬੱਚੇ ਅਜੇ ਟੀਟ ਹੋਣਗੇ ਤੁਸੀਂ ਉਹਨੂੰ ਮਾਰ ਦੋ ਕੁੱਟ ਦੋ ਜੋ ਮਾਰੀ ਕਰ ਦੋ ਬੱਚੇ ਤੇ ਕੋਈ ਅਸਰ ਨਹੀਂ ਹੁੰਦਾ ਨਾ ਇਹ ਕਲਾਸਾਂ ਦੇ ਵਿੱਚ ਤਾਂ ਪੈਰੈਂਟਿੰਗ ਸਟਾਈਲਸ ਹੁੰਦੇ ਨੇ ਜਿਹੜੇ ਪੈਰੈਂਟਸ ਨੇ ਉਹ ਬੱਚਿਆਂ ਨੂੰ ਕਿਸ ਤਰੀਕੇ ਨਾਲ ਪਾਲਦੇ ਨੇ ਕਿੰਨਾ ਕੁ ਉਹਨਾਂ ਦਾ ਬੱਚਿਆਂ ਤੇ ਕੰਟਰੋਲ ਹੈ ਕਿੰਨੇ ਕੁ ਬੱਚਿਆਂ ਨੂੰ ਉਹ ਲਾਡ ਪਿਆਰ ਕਰਦੇ ਨੇ ਉਹ ਸਾਰੀਆਂ ਚੀਜ਼ਾਂ ਕਿਦੇ ਵਿੱਚ ਆ ਗਈਆਂ ਪੈਰੈਂਟਿੰਗ ਸਟਾਈਲ ਦੇ ਵਿੱਚ ਆ ਗਈਆਂ ਠੀਕ ਹੈ ਤਾਂ ਹੁਣ ਇਹ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਹੈਗੇ ਨੇ ਜੀ ਨਾਮ ਇਹਨਾਂ ਦਾ ਤੁਸੀਂ ਇੱਥੇ ਦੇਖ ਸਕਦੇ ਹੋ ਡਾਇਨਾਬੋਮਰੀ ਠੀਕ ਹੈ ਇਹਨਾਂ ਦਾ ਨਾਮ ਹੈ ਇਹਨਾਂ ਨੇ ਚਾਰ ਪੈਰੈਂਟਿੰਗ ਸਟਾਈਲਸ ਦੱਸੇ ਨੇ ਜੀ ਕਿੰਨੇ ਦੱਸੇ ਨੇ ਚਾਰ ਪੈਰੈਂਟਿੰਗ ਸਟਾਈਲਸ ਵੈਰੀ ਵੈਰੀ ਇੰਪੋਰਟੈਂਟ ਹੈ ਇਹ ਕੁਐਸਚਨ ਜਿਹੜੇ ਨੇ ਐਗਜ਼ਾਮ ਦੇ ਵਿੱਚ ਆਉਂਦੇ ਹੀ ਆਉਂਦੇ ਨੇ ਕਿਵੇਂ ਆਉਂਦੇ ਨੇ ਇਹ ਚਾਰ ਪ੍ਰਿੰਟਿੰਗ ਸਟਾਈਲਸ ਜਿਹੜੇ ਨੇ ਐਗਜ਼ਾਮਪਲ ਦੇ ਵਿੱਚ ਪੁੱਛੇ ਜਾਂਦੇ ਨੇ ਠੀਕ ਹੈ ਅੱਗੇ ਮੈਂ ਤੁਹਾਨੂੰ ਸਮਝਾਵਾਂਗੀ ਕਿਵੇਂ ਚਾਰ ਦਿੱਤੇ ਨੇ ਜੀ ਇਹਨਾਂ ਨੇ ਫਸਟ ਇਹਨਾਂ ਨੇ ਪ੍ਰਿੰਟਿੰਗ ਸਟਾਈਲ ਦਿੱਤਾ ਹੈ ਜਿਸ ਦਾ ਨਾਮ ਹੈ অথੋਰੀਟੇਟਿਵ ਠੀਕ ਹੈ অথੋਰੀਟੇਟਿਵ ਕਲੀਅਰ ਹੈ ਸੈਕੰਡ ਜਿਹੜਾ ਇਹਨਾਂ ਨੇ ਦਿੱਤਾ ਹੈ ਉਹ ਦਿੱਤਾ ਹੈ ਪਰਮਿਸਿਵ ਪਰਮਿਸਿਵ ਪੈਰੈਂਟਿੰਗ ਸਟਾਈਲ ਜਿਹਨੂੰ ਕਿ ਤੁਸੀਂ ਪੈਸਿਵ ਵੀ ਕਹਿ ਸਕਦੇ ਹੋ ਠੀਕ ਹੈ ਜੇ ਐਗਜ਼ਾਮ ਦੇ ਵਿੱਚ ਪੈਸਿਵ ਆ ਜਾਏ ਤਾਂ ਵੀ ਇਹਦਾ ਮਤਲਬ ਇਹੀ ਹੈ ਜਾਂ ਫਿਰ ਇਹਨੂੰ ਤੁਸੀਂ ਇੰਡਲਜੈਂਟ ਕਹਿ ਸਕਦੇ ਹੋ ਆਈ ਐਨ ਡੀ ਯੂ ਐਲ ਜੀ ਈ ਐਨ ਟੀ ਇੰਡਲਜੈਂਟ ਪੈਸਿਵ ਜਾਂ ਫਿਰ ਪਰਮਿਸਿਵ ਠੀਕ ਹੈ ਜਿਹੜਾ ਫਰਸਟ ਹੈ ਅਥੋਰਿਟੇਟਿਵ ਠੀਕ ਹੈ ਇਹਨੂੰ ਆਪਾਂ ਕਹਾਂਗੇ ਅਧਿਕਾਰਵਾਦੀ ਫਰਸਟ ਵਾਲ ਨੂੰ ਅਥੋਰਿਟੇਟਿਵ ਨੂੰ ਅਧਿਕਾਰਵਾਦੀ ਠੀਕ ਹੈ ਜਿਹੜਾ ਸੈਕੰਡ ਐ ਪਰਮਿਸਿਵ ਕਹਿ ਲੋ ਪੈਸਿਵ ਕਹਿ ਲੋ ਇੰਡਲਜੈਂਟ ਕਹਿ ਲੋ ਉਹ ਹੈਗਾ ਕਿਰਪਾਲੂ ਕਿਰਪਾਲੂ ਪੇਰੈਂਟਸ ਹੋਗੇ ਠੀਕ ਹੈ ਇਹ ਅਧਿਕਾਰਵਾਦੀ ਪੇਰੈਂਟਸ ਨੇ ਕਿਰਪਾਲੂ ਪੇਰੈਂਟਸ ਨੇ ਠੀਕ ਹੈ ਥਰਡ ਜਿਹੜੀ ਕੈਟੇਗਰੀ ਆ ਉਹ ਹੈਗਾ ਉਹ ਥਟੇਰੀਅਨ ਠੀਕ ਹੈ ਇਹ ਕਿਹੜੀ ਹੈ ਇਹਨਾਂ ਨੂੰ ਆਪਾਂ ਕਹਾਂਗੇ ਸੱਤਾਵਾਦੀ ਕਿਹੜੇ ਕਹਾਂਗੇ ਸੱਤਾਵਾਦੀ ਠੀਕ ਹੈ ਲਾਸਟ ਬਚਿਆ ਨੈਗਲੈਕਟਿਵ ਫੁਲ یا پھر انیگلیکٹ فل ਨੂੰ ਤੁਸੀਂ ਇੱਥੇ ਹੋਰ ਵੀ ਵਰਡ ਦੇ ਨਾਲ ਜਾਣ ਸਕਦੇ ਹੋ ان انਵੋਲਵਡ ਲਿਖਿਆ ਆਊਗਾ ਤਾਂ ਵੀ ਇਹੀ ਮਤਲਬ ਹੈ ਦਾ ان انਵੋਲਵਡ ਠੀਕ ਹੈ ਜਾਂ ਫਿਰ ਜੇਕਰ ਲਿਖਿਆ ਆਵੇ ਇਗਨੋਰੈਂਟ ਇਗਨੋਰੈਂਟ ਪੇਰੈਂਟਸ ਤਾਂ ਵੀ ਇਹਦਾ ਮਤਲਬ ਇਹੀ ਹੈ ਤਾਂ ਨੈਗਲੈਕਟ ਫੁਲ ਨੂੰ ਆਪਾਂ ਕਹਿ ਦਿੰਨੇ ਆ ਬੇਪਰਵਾਹ ਠੀਕ ਹੈ ਇੱਕ ਤਰੀਕੇ ਨਾਲ ਬੇਪਰਵਾਹ ਪੇਰੈਂਟਸ ਤਾਂ ਚਾਰ ਕੈਟਾਗਰੀ ਜਿਹੜੀਆਂ ਨੇ ਇਹਨਾਂ ਨੇ ਦਿੱਤੀਆਂ ਸੀਗੀਆਂ ਠੀਕ ਹੈ ਇਹਨਾਂ ਨੇ ਇੱਕ ਕਹਿ ਲੋ ਵੀ ਐਕਸਪੈਰੀਮੈਂਟ ਕਰਿਆ ਸੀ ਗਰਾਊਂਡ ਲੈਵਲ ਤੇ ਯੂਰੋਪੀਅਨ ਅਮਰੀਕਨ ਸਟੂਡੈਂਟਸ ਜਿਹੜਨੇ ਉਹਨਾਂ ਤੇ ਕੀਤਾ ਸੀਗਾ ਡਾਇਨਾਬਾਓ ਮਰੀਨੇ 1990 ਦੇ ਵਿੱਚ ਠੀਕ ਹੈ ਤੇ ਚਾਰ ਤਰ੍ਹਾਂ ਦੀ ਕੈਟਾਗਰੀਜ਼ ਜਿਹੜੀਆਂ ਨੇ ਇਹਨਾਂ ਨੇ ਦੱਸੀ ਸੀ ਗਿਆ ਪੇਰੈਂਟਸ ਸਟਾਈਲ ਨੂੰ ਲੈ ਕੇ ਤਾਂ ਇੱਕ ਇੱਕ ਕਰਕੇ ਪੜ੍ਹਦੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਅਥੋਰਟੇਰੀਅਨ ਠੀਕ ਹੈ ਇਹਨੂੰ ਆਪਾਂ ਕਹਾਂਗੇ ਸੱਤਾਵਾਦੀ ਪੰਜਾਬੀ ਦੇ ਵਿੱਚ ਠੀਕ ਹੈ ਦੋ ਪੁਆਇੰਟਸ ਦੇ ਥਰੂ ਆਪਾਂ ਸਮਝਾਂਗੇ ਸੱਤਾਵਾਦੀ ਨੂੰ ਦੇਖੋ ਇੱਕ ਹੁੰਦਾ ਹੈ ਲਾਡ ਪਿਆਰ ਕਰਨਾ ਇੱਕ ਹੁੰਦਾ ਹੈ ਖਿਜਣਾ ਕੰਟਰੋਲ ਕਰਨਾ ਬੱਚੇ ਨੂੰ ਠੀਕ ਹੈ ਜਿਹੜਾ ਸੱਤਾਵਾਦੀ ਪੇਰੈਂਟਸ ਹੁੰਦੇ ਨੇ ਉਹਨਾਂ ਵਿੱਚ ਕੀ ਆ ਉਹ ਬੱਚੇ ਨੂੰ ਲਾਡ ਪਿਆਰ ਜਿਹੜਾ ਘੱਟ ਕਰਦੇ ਨੇ ਉਹਦੀ ਕੇਅਰ ਘੱਟ ਕਰਦੇ ਨੇ ਇੱਕ ਤਰੀਕੇ ਨਾਲ ਠੀਕ ਹੈ ਵਾਰਮਥ ਨਹੀਂ ਉਹਨੂੰ ਮਹਿਸੂਸ ਹੁੰਦਾ ਹੈਗਾ ਬੱਚੇ ਨੂੰ ਲੇਕਿਨ ਬੱਚੇ ਦਾ ਕੰਟਰੋਲ ਜ਼ਿਆਦਾ ਕਰਦੇ ਨੇ ਬੱਚੇ ਨੂੰ ਕਹਿ ਲਓ ਵੀ ਦਬਕੇ ਦੇ ਵਿੱਚ ਰੱਖਦੇ ਨੇ ਠੀਕ ਹੈ ਇਹ ਜਿਹੜੇ ਪੇਰੈਂਟਸ ਹੁੰਦੇ ਨੇ ਇੱਕ ਤਰੀਕੇ ਦੇ ਰਿਜਿਡ ਹੁੰਦੇ ਨੇ ਇਹਨਾਂ ਦਾ ਕਹਿਣ ਦਾ ਭਾਅ ਹੁੰਦਾ ਵੀ ਰੂਲਸ ਆ ਰੂਲਸ ਠੀਕ ਹੈ ਬੱਚਾ ਰੋਵੇ ਜੋ ਮਰਜੀ ਕਰੇ ਬਟ ਜੋ ਉਹਨਾਂ ਨੇ ਡਿਮਾਂਡ ਕਰੀ ਹੈ ਪੇਰੈਂਟਸ ਨੇ ਜਾਂ ਜਿਸ ਤਰੀਕੇ ਨਾਲ ਬੱਚਿਆਂ ਤੇ ਉਹਨਾਂ ਨੇ ਕੰਟਰੋਲ ਕੀਤਾ ਉਹ ਮੇਨਟੇਨ ਰਹਿਣਾ ਚਾਹੀਦਾ ਹੈ ਬਸ ਠੀਕ ਹੈ ਯਾਨੀ ਕਿ ਇਹਦੇ ਵਿੱਚ ਡੈਮੋਕ੍ਰੇਸੀ ਜਿਹੜੀ ਹੈ ਉਹ ਘਟ ਹੁੰਦੀ ਹੈ ਰੂਲਸ ਜਿਹੜਨੇ ਵੱਧ ਹੁੰਦੇ ਨੇ ਤੇ ਇਹਦਾ ਇਫੈਕਟ ਕੀ ਹੁੰਦਾ ਹੈ ਬੱਚਿਆਂ ਤੇ ਬੱਚੇ ਜਿਹੜਨੇ ਐਗਰੈਸਿਵ ਹੋ ਜਾਂਦੇ ਨੇ ਤੁਸੀਂ ਆਮ ਤੌਰ ਤੇ ਸਮਾਜ ਦੇ ਵਿੱਚ ਦੇਖਦੇ ਹੋ ਐਗਰੈਸਿਵ ਬੱਚੇ ਕਿਹੜੇ ਹੁੰਦੇ ਨੇ ਜਿਹੜੇ ਗੁੱਸੇ ਵਾਲੇ ਹੁੰਦੇ ਨੇ ਕਿਉਂ ਗੁੱਸੇ ਆਪਾਂ ਨੂੰ ਪਤਾ ਹੈ ਨਾ ਜਿਹੜਾ ਤੁਸੀਂ ਇੱਕ ਗੱਲ ਯਾਦ ਰੱਖਿਓ ਜਿਹੜਾ ਬੰਦਾ ਬਹੁਤ ਜ਼ਿਆਦਾ ਗੁੱਸਾ ਕਰਦਾ ਹੋਵੇ ਜਿਹਦੇ ਅੰਦਰ ਵਸ ਤੁਸੀਂ ਮੜਾ ਛੇੜਨ ਦੀ ਦੇਰ ਆ ਅੱਗ ਵੱਲ ਜੇ ਉਹਦਾ ਮਤਲਬ ਹੈ ਵੀ ਕਿਤੇ ਨਾ ਕਿਤੇ ਉਹਨੂੰ ਪਿਆਰ ਦੀ ਕਮੀ ਹੈ ਠੀਕ ਹੈ ਜੇ ਤੁਸੀਂ ਉਹਨੂੰ ਕਾਲ ਬਿਠਾ ਕੇ ਦੋ ਅੱਖਰ ਪਿਆਰ ਦੇ ਬੋਲ ਲਓਗੇ ਉਹਦੀ ਸਮੱਸਿਆ ਨੂੰ ਸਮਝੋਗੇ ਉਹਨੂੰ ਸੁਣੋਗੇ ਉਹਨੂੰ ਮਹਿਸੂਸ ਕਰੋਗੇ ਉਹ ਤੁਹਾਨੂੰ ਬਹੁਤ ਵਧੀਆ ਦੋਸਤ ਬਣ ਕੇ ਮਿਲੇਗਾ ਇਹ ਗੱਲ ਯਾਦ ਰੱਖਿਓ ਠੀਕ ਹੈ ਤਾਂ ਸੱਤਾਵਾਦੀ ਪੇਰੈਂਟਸ ਦੇ ਵਿੱਚ ਕੀ ਹੁੰਦਾ ਹੈ ਜਿਹੜਾ ਲਾਡ ਪਿਆਰ ਹੈ ਉਹ ਘੱਟ ਹੁੰਦਾ ਹੈ ਕੰਟਰੋਲ ਜ਼ਿਆਦਾ ਹੁੰਦਾ ਹੈ ਇਹ ਮੈਂ ਜੋ ਬੋਲ ਰਹੀ ਹਾਂ ਨਾ ਇਹਨੂੰ ਕਾਪੀ ਤੇ ਨੋਟ ਕਰ ਲਿਓ ਨਾਲ ਨਾਲ ਠੀਕ ਹੈ ਹੁਣ ਐਗਜ਼ਾਮਪਲ ਦੇ ਤੌਰ ਤੇ ਕਿਵੇਂ ਕੁਸ਼ਨ ਆ ਸਕਦਾ ਐਵੇਂ ਆ ਸਕਦਾ ਹੈ ਮੰਨ ਲਓ ਰਾਮ ਜਿਹੜਾ ਹੈ ਉਹ ਬੱਚਿਆਂ ਨਾਲ ਲੜਦਾ ਹੈ ਤੇ ਜਦੋਂ ਲੜਦਾ ਹੈ ਤਾਂ ਇੱਕਦਮ ਗੁੱਸਾ ਕਰ ਲੈਂਦਾ ਹੈ ਤਾਂ ਕੀ ਤੁਸੀਂ ਕਹਿ ਸਕਦੇ ਹੋ ਉਹਦੇ ਪੇਰੈਂਟਸ ਕਿਸ ਲੈਵਲ ਦੇ ਹੋਣਗੇ ਕਿਸ ਤਰੀਕੇ ਦੇ ਹੋਣਗੇ ਤਾਂ ਆਪਸ਼ਨ 4 ਆਉਣਗੇ ਤੁਸੀਂ ਕੀ ਕਹੋਗੇ ਸੱਤਾਵਾਦੀ ਹੋਣਗੇ ਕਿਉਂਕਿ ਉਹ ਅਗਰੈਸਿਵ ਹੈ ਕਿਉਂ ਹੈ ਕਿਉਂਕਿ ਉਹਨੂੰ ਪਿਆਰ ਨਹੀਂ ਦਿੱਤਾ ਉਹਦੇ ਤੇ ਸਿਰਫ ਕੰਟਰੋਲ ਕੀਤਾ ਜਾ ਰਿਹਾ ਹੈ ਬੱਚਾ ਦਬੇ ਦਬੇ ਮਹਿਸੂਸ ਕਰਦਾ ਹੈ ਹੈਨਾ ਤਾਂ ਇਹ ਗੱਲ ਕਲੀਅਰ ਹੋ ਗਈ ਉਹਥੇ ਟੀਰੀਅਨ ਹੁੰਦੇ ਨੇ ਸੱਤਾਵਾਦੀ ਜਿਸ ਦੇ ਵਿੱਚ ਪਿਆਰ ਘੱਟ ਹੁੰਦਾ ਹੈ ਡਿਮਾਂਡ ਤੇ ਕੰਟਰੋਲ ਜ਼ਿਆਦਾ ਹੁੰਦੀ ਹੈ ਠ ਅੱਗੇ ਸੈਕੰਡ ਟਾਈਪ ਆ ਆਪਣੇ ਕੋਲ ਅਥੋਰਿਟੇਟਿਵ ਦੀ ਕਿਹੜੀ ਹੈ ਜੀ ਅਥੋਰਿਟੇਟਿਵ ਦੀ ਠੀਕ ਹੈ ਇਹਨਾਂ ਨੂੰ ਆਪਾਂ ਕਹਾਂਗੇ ਅਧਿਕਾਰਵਾਦੀ ਕਿਹੜੇ ਕਹਾਂਗੇ ਆਪਾਂ ਅਧਿਕਾਰਵਾਦੀ ਠੀਕ ਹੈ ਅਧਿਕਾਰਵਾਦੀ ਪੇਰੈਂਟਸ ਹੁਣ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਵੀ ਦੋ ਪੁਆਇੰਟਸ ਨੇ ਠੀਕ ਹੈ ਇਹਦੇ ਵਿੱਚ ਜਿਹੜਾ ਲਾਡ ਪਿਆਰ ਹੁੰਦਾ ਹੈ ਉਹ ਵੀ ਵਧੀਆ ਲੈਵਲ ਦਾ ਹੁੰਦਾ ਹੈ ਤੇ ਕੰਟਰੋਲ ਵੀ ਹੁੰਦਾ ਹੈ ਯਾਨੀ ਜਿੰਨਾ ਬੱਚੇ ਨੂੰ ਲਾਡ ਪਿਆਰ ਕਰ ਰਹੇ ਆ ਉਨਾ ਹੀ ਬੱਚੇ ਨੂੰ ਖਿੱਚਦੇ ਨੇ ਅਧਿਕਾਰਵਾਦੀ ਦੇ ਵਿੱਚ ਇਸ ਦੇ ਵਿੱਚ ਜਿਹੜੀ ਵਾਰਮਥ ਹੈ ਕੇਅਰ ਹੈ ਤੇ ਕੰਟਰੋਲ ਹੈ ਉਹ ਦੋਨੋਂ ਬਰਾਬਰ ਹੁੰਦੇ ਨੇ ਐ ਨਹੀਂ ਹੈਗਾ ਵੀ ਸਿਰਫ लाड़ प्यारੇ ਕਰੀ ਜਾ ਰਹੇ ਨੇ ਕੰਟਰੋਲ ਨਹੀਂ ਰੱਖ ਰਹੇ ਜਾਂ ਫਿਰ ਕੰਟਰੋਲ ਰੱਖ ਰਹੇ ਨੇ लाड़ प्यार ਨਹੀਂ ਕਰ ਰਹੇ ਨੋ ਇਹਦੇ ਵਿੱਚ ਦੋਨੋਂ ਚੀਜ਼ਾਂ ਬਰਾਬਰ ਹੋਣਗੀਆਂ ਠੀਕ ਹੈ ਇਸ ਵਿੱਚ ਵਾਰਮਥ ਤੇ ਕੰਟਰੋਲ ਦੋਨੋਂ ਬਰਾਬਰ ਹੁੰਦੇ ਨੇ ਮਿਕਸਚਰ ਆਫ ਅਥੋਰਿਟੇਰੀਅਨ ਯਾਨੀ ਇਹ ਦਾ ਜਿਹੜਾ ਮਿਕਸਚਰ ਹੁੰਦਾ ਇੱਕ ਤਰੀਕੇ ਨਾਲ ਇਹਦੇ ਵਿੱਚ ਅਥੋਰਿਟੇਟਿਵ ਦੇ ਵਿੱਚ ਠੀਕ ਹੈ ਏ ਜਿਵੇਂ ਹੁਣ ਆਪਾਂ ਨੇ ਇਹਦੇ ਵਿੱਚ ਪੜਿਆ ਸੀ ਉਥੇ ਰਿਟੇਟਿੰਗ ਦੇ ਵਿੱਚ ਕਿ ਰਿਜਿਡ ਹੁੰਦਾ ਏ ਰੂਲਸ ਨੂੰ ਫੋਲੋ ਕਰਦੇ ਨੇ ਵੀ ਰੂਲ ਆ ਰੂਲ ਬਟ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਫਲੈਕਸੀਬਲ ਹੁੰਦਾ ਏ ਇਹਦੇ ਵਿੱਚ ਜੇ ਬੱਚੇ ਨੂੰ ਚੀਜ਼ ਵਧੀਆ ਲੱਗ ਰਹੀ ਹੈ ਤਾਂ ਉਹ ਲੈ ਕੇ ਦੇ ਦੇਣਗੇ ਫਲੈਕਸੀਬਲ ਹੈ ਨਾਟ ਰਿਜਿਡ ਠੀਕ ਹੈ ਇਹਦੇ ਵਿੱਚ ਕੰਟਰੋਲ ਵੀ ਹੋਏਗਾ ਬੱਚੇ ਤੇ ਬੱਚੇ ਨੂੰ ਲਾਡ ਪਿਆਰ ਵੀ ਕੀਤਾ ਜਾਏਗਾ ਬੱਚੇ ਤਾਂ ਐਕਸਪੈਕਟੇਸ਼ਨਸ ਵੀ ਹੋਣਗੀਆਂ ਤੇ ਇਹ ਇੱਕ ਤਰੀਕੇ ਦਾ ਡੈਮੋਕਰੈਟਿਕ ਵੀ ਹੋਊਗਾ ਡੈਮੋਕਰੈਟਿਕ ਹੁੰਦਾ ਜਿੱਥੇ ਬੱਚੇ ਨੂੰ ਆਜ਼ਾਦੀ ਹੋਊਗੀ ਇੱਕ ਤਰੀਕੇ ਨਾਲ ਠੀਕ ਹੈ ਇਹਨੀ ਗੱਲ ਸਮਝ ਆ ਗਈ ਇਹਦਾ ਇਫੈਕਟ ਬੱਚਾ ਤੇ ਕੀ ਹੋਊਗਾ ਚਿਲਡਰਨਸ ਬਿਹੇਵੀਅਰ ਆਰ ਵੈਰੀ ਇਫੈਕਟਿਵ ਯਾਨੀ ਬੱਚੇ ਜਿਹੜੇ ਨੇ ਬਹੁਤ ਵਧੀਆ ਤਰੀਕੇ ਦੇ ਕਹਿ ਲੋ ਵੀ ਨਿਕਲ ਕੇ ਸਾਹਮਣੇ ਆਉਣਗੇ ਨਿਕਲ ਕੇ ਸਾਹਮਣੇ ਆਉਣਾ ਮਤਲਬ ਬਿਹੇਵੀਅਰ ਉਹਨਾਂ ਦਾ ਨੇਚਰ ਬਹੁਤ ਵਧੀਆ ਹੋਊਗਾ ਇਫੈਕਟਿਵ ਹੋਣਗੇ ਉਹ ਠੀਕ ਹੈ ਜਦੋਂ ਆਪਾਂ ਬੱਚੇ ਨੂੰ ਸਿਰਫ ਖੀਜੀ ਜਾਵਾਂਗੇ ਖੀਜੀ ਜਾਵਾਂਗੇ ਤਾਂ ਜੋ ਚੰਗਾ ਬੱਚਾ ਵੀ ਉਹਨੇ ਮਾੜਾ ਬਣ ਜਾਣਾ ਹੈ ਤੇ ਜੇ ਕੋਈ ਬੱਚਾ ਮਾੜਾ ਹੈ ਆਪਾਂ ਉਹਨੂੰ ਮੜਾਏ ਚਾਰ ਅੱਖਰ ਪਿਆਰ ਨਾਲ ਕਹਾਂਗੇ ਉਹਨੇ ਬਹੁਤ ਚੰਗਾ ਬਣ ਜਾਣਾ ਹੈ ਤਾਂ ਇਹ ਪੇਰੈਂਟਿੰਗ ਸਟਾਈਲ ਹੁੰਦੇ ਨੇ ਠੀ ਉਨਿਓ ਬੱਚੇ ਦੇ ਕੰਟਰੋਲ ਵੀ ਰੱਖਦੇ ਨੇ ਠੀਕ ਹੈ ਜੀ ਚਲੋ ਦੋਨੋਂ ਪੁਆਇੰਟ ਸਮਝ ਆ ਗਏ ਤੁਹਾਨੂੰ ਥਰਡ ਹੈ ਆਪਣੇ ਕੋਲ ਪਰਮਿਸਿਵ ਪਰਮਿਸਿਵ ਯਾਨੀ ਇੰਡਲਜੈਂਟ ਜਾਂ ਫਿਰ ਪੈਸਿਵ ਜਿਹਨੂੰ ਕਿਰਪਾਲੂ ਕਹਾਵਾਂਗੇ ਆਪਾਂ ਠੀਕ ਹੈ ਇਹਨੂੰ ਵੀ ਦੋ ਪੁਆਇੰਂਟ ਦੇ ਵਿੱਚ ਸਮਝਦੇ ਆਂ ਹੁਣ ਦੇਖੋ ਪਰਮਿਸਿਵ ਦੇ ਵਿੱਚ ਕੀ ਹੈ ਪਰਮਿਸਿਵ ਦੇ ਵਿੱਚ ਕੇਅਰ ਤਾਂ ਬਹੁਤ ਜ਼ਿਆਦਾ ਹੈ ਲਾਡ ਪਿਆਰ ਬਹੁਤ ਜ਼ਿਆਦਾ ਹੈ ਲੇਕਿਨ ਕੰਟਰੋਲ ਨਹੀਂ ਹੈਗਾ ਠੀਕ ਹੈ ਆਪਾਂ ਸਮਝ ਜਾਨੇ ਵੀ ਬੱਚਿਆਂ ਨੇ ਬੋ ਜੀ ਆਪਾਂ ਕਹਿ ਦਿੰਨੇ ਆ ਆਮ ਤੌਰ ਤੇ ਸੁਣਦੇ ਆ ਵੀ ਪੇਰੈਂਟਸ ਦਾ ਬਗਾੜਿਆ ਹੋਇਆ ਹੈ ਤਾਂ ਇਹਨਾਂ ਦਾ ਨਾ ਪੇਰੈਂਟਸ ਨੂੰ ਪਤਾ ਇਹਨੂੰ ਵੀ ਕਿਵੇਂ ਸਮਝੋਣਾ ਨਾ ਇਹਨੇ ਆਪ ਕਰਨਾ ਹੀ ਠੀਕ ਹੈ ਉਹ ਕੀ ਆ ਉਹ ਇਸੇ ਤਰੀਕੇ ਦੇ ਬੱਚੇ ਹੁੰਦੇ ਨੇ ਪਰਮੇਸੀ ਕਿਰਪਾ ਲੂ ਇਹਦੇ ਵਿੱਚ ਜਿਹੜਾ ਕੇਅਰ ਹੁੰਦਾ ਹੈ ਪਿਆਰ ਹੁੰਦਾ ਹੈ ਉਹ ਜਿਆਦਾ ਹੁੰਦਾ ਹੈ ਲੇਕਿਨ ਜਿਹੜਾ ਕੰਟਰੋਲ ਹੁੰਦਾ ਹੈ ਡਿਮਾਂਡ ਹੁੰਦੀ ਹੈ ਬਹੁਤ ਘੱਟ ਹੁੰਦਾ ਹੈ ਠੀਕ ਹੈ ਨਾ ਦੇ ਬਰਾਬਰ ਹੁੰਦਾ ਇੱਕ ਤਰੀਕੇ ਨਾਲ ਕਹਿ ਲਓ ਪੇਰੈਂਟਸ ਜਿਹੜੇ ਨੇ ਬੱਚਿਆਂ ਨੂੰ ਬਗਾੜੇ ਲੈਂਦੇ ਨੇ ਇੱਕ ਤਰੀਕੇ ਦੇ ਇਹਦੇ ਕੈਰੈਕਟੈਰਿਸਟਿਕਸ ਕੀ ਹੋਣਗੇ ਵਿਸ਼ੇਸ਼ਤਾਵਾਂ ਕੀ ਹੋਣਗੀਆਂ ਨਾਟ ਐਪਰੋਪ੍ਰੀਏਟ ਇਨਵੋਲਡ ਪਰਮਿਸਿਵ ਨਹੀਂ ਹੁੰਦੇ ਠੀਕ ਹੈ ਯਾਨੀ ਇਹਦੇ ਵਿੱਚ ਕੇਅਰ ਤਾਂ ਬਹੁਤ ਵਧੀਆ ਲੈਵਲ ਤੇ ਮਿਲਦੀ ਹੈ ਲੇਕਿਨ ਜਿਹੜਾ ਕੰਟਰੋਲ ਨਹੀਂ ਹੁੰਦਾ ਬੱਚਿਆਂ ਤੇ ਠੀਕ ਹੈ ਇਹ ਗੱਲ ਇਹਦੀ ਜਿਹੜੀ ਹੈ ਉਹ ਧਿਆਨ ਦੇ ਵਿੱਚ ਰੱਖ ਤਾਂ ਇਹਦੇ ਬੱਚਿਆਂ ਤੇ ਕੀ ਇਫੈਕਟ ਹੁੰਦਾ ਹੈ ਜਿਹੜੇ ਚਿਲड्रन ਨੇ ਆ ਡੋਮੀਨੈਂਟ ਜੋ ਡੋਮੀਨੈਂਟ ਹੁੰਦਾ ਹੈ ਵੀ ਬੱਚੇ ਵਿਗੜ ਜਾਂਦੇ ਨੇ ਆਪਾਂ ਕਹਿ ਦਿੰਨੇ ਆ ਨਾ ਵੀ ਲਾੜ ਲਾੜ ਕਰੀ ਜਾ ਰਹੇ ਆ ਬੱਚੇ ਨੂੰ ਕੰਟਰੋਲ ਕਰ ਦੇਣੀ ਹੈਗੇ ਤਾਂ ਕੀ ਹੋ ਗਿਆ ਡੋਮੀਨੈਂਟ ਹੋ ਗਏ ਬੱਚੇ ਵਿਗੜ ਗਏ ਇੱਕ ਕੈਟਾਗਰੀ ਕਿਹੜੀ ਆਊਗੀ ਜੀ ਆਪਣੇ ਕੋਲ ਪਰਮਿਸਿਵ ਦੀ ਕੈਟਾਗਰੀ ਆਊਗੀ ਇਹ ਠੀਕ ਹੈ ਪਰਮਿਸਿਵ ਦੇ ਵਿੱਚ ਆਉਣਗੇ ਡੋਮੀਨੈਂਟ ਬੱਚੇ ਵਿਗੜ ਜਾਂਦੇ ਨੇ ਠੀਕ ਹੈ ਜੀ ਅਗਲਾ ਅਗਲਾ ਆਪਣੇ ਕੋਲ 4th ਹੈਗਾ ਅਨ ਇਨਵੋਲਡ ਜਿਹਨੂੰ ਆਪਾਂ ਨੈਗਲੈਕਟਫੁਲ ਵੀ ਕਹਿ ਸਕਦੇ ਆ ਇਗਨੋਰੈਂਟ ਵੀ ਕਹਿ ਸਕਦੇ ਆ ਚਾਹੇ ਨੈਗਲੈਕਟਫੁਲ ਠੀਕ ਹੈ ਚਾਹੇ ਇਗਨੋਰੈਂਟ ਆ ਜਾਈ ਚਾਹੇ ਅਨਇਨਵੋਲਡ ਆ ਜਾਈ ਇਹ ਹੋਣਗੇ ਬੇਪਰਵਾਹ ਠੀਕ ਹੈ ਇਹਨੂੰ ਵੀ ਦੋ ਲੈਵਲ ਤੇ ਦੇਖਦੇ ਆ ਇਹਦੇ ਵਿੱਚ ਕੀ ਹੁੰਦਾ ਹੈ ਇਹਦੇ ਵਿੱਚ ਨਾ ਤਾਂ ਲਾਡ ਪਿਆਰ ਹੁੰਦਾ ਹੈ ਨਾ ਹੀ ਕੰਟਰੋਲ ਹੁੰਦਾ ਹੈ ਬੱਚਾ ਜਿੱਥੇ ਜਾਂਦਾ ਹੈ ਜਾਓ ਜੋ ਮਰਜੀ ਕਰੋ ਨਾ ਕਰੋ ਨਾ ਕੋਈ ਪੇਰੈਂਟਸ ਨੂੰ ਧਿਆਨ ਹੈ ਕੁਝ ਵੀ ਨਹੀਂ ਹੈਗਾ ਇਹਦਾ ਠੀਕ ਹੈ ਸਮਝ ਆ ਗਈ ਇਹਦੇ ਵਿੱਚ ਕੀ ਹੈ ਇਸ ਦੇ ਵਿੱਚ ਦੋਨੋਂ ਹੀ ਨਹੀਂ ਹੁੰਦੇ ਨਾ ਵਾਰਮਥ ਹੁੰਦਾ ਹੈ ਨਾ ਪਿਆਰ ਹੁੰਦਾ ਹੈ ਨਾ ਕੰਟਰੋਲ ਹੁੰਦੇ ਦੋਨੋਂ ਹੀ ਨਹੀਂ ਹੁੰਦੇ ਬਿਲਕੁਲ ਬੇਪਰਵਾਹ ਹੁੰਦੇ ਨੇ ਕਿਉਂ ਹੁੰਦੇ ਨੇ ਬਹੁਤ ਸਾਰੇ ਰੀਜ਼ਨ ਹੋ ਸਕਦੇ ਨੇ ਇਹਦੇ ਵਿੱਚ ਜਿਹੜਾ ਬੱਚਾ ਇਗਨੋਰ ਹੁੰਦਾ ਏ ਠੀਕ ਹੈ ਇਗਨੋਰਡ ਹੁੰਦਾ ਏ ਪ੍ਰੋਬਲੈਮੈਟਿਕ ਹੁੰਦਾ ਏ ਨੋ ਗਾਈਡੈਂਸ ਯਾਨੀ ਪੇਰੈਂਟਸ ਦੇ ਦੁਆਰਾ ਕੋਈ ਗਾਈਡੈਂਸ ਨਹੀਂ ਬੱਚੇ ਨੂੰ ਦਿੱਤੀ ਜਾਂਦੀ ਫਿਰ ਦਾ ਇਫੈਕਟ ਕੀ ਉਹ ਪੈਂਦਾ ਹੈ ਬੱਚਿਆਂ ਤੇ ਜਦੋਂ ਕਿ ਆ ਪਿਆਰ ਹੀ ਨਹੀਂ ਬੱਚੇ ਦੇਖੋ ਜਦੋਂ ਆਪਾਂ ਬੱਚੇ ਨੂੰ ਪਿਆਰ ਹੀ ਨਹੀਂ ਦਾਂਗੇ ਉਹ ਤਾਂ ਫਿਰ ਵਿਗੜੂਗਾ ਹੀ ਹਣਾ ਉਹ ਹਮੇਸ਼ਾ ਖਿਜਿਆ ਖਿਜਿਆ ਰਹੂਗਾ ਕਿਉਂਕਿ ਉਹਨੂੰ ਤੁਸੀਂ ਲਾਡ ਪਿਆਰੀ ਨਹੀਂ ਕਰ ਰਹੇ ਤੇ ਜੇ ਨਾ ਹੀ ਉਹਦੇ ਤੇ ਕੰਟਰੋਲ ਕਰ ਰਹੇ ਮੰਨ ਲਓ ਉਹਦੇ ਤੇ ਕੰਟਰੋਲ ਵੀ ਨਹੀਂ ਤੁਸੀਂ ਕਰ ਰਹੇ ਫਿਰ ਉਹ ਬਿਗੜੂਗਾ ਵੀ ਦੋਨੋਂ ਟਾਈਪ ਦੀਆਂ ਚੀਜ਼ਾਂ ਆ ਗਈਆਂ ਉਹਦੇ ਵਿੱਚ ਤਾਂ ਇਹਦਾ ਇਫੈਕਟ ਕੀ ਪੈਂਦਾ ਚਿਲड्रन ਆਰ ਕ੍ਰਿਮੀਨਲ ਕ੍ਰਿਮੀਨਲ ਬਣ ਜਾਂਦੇ ਨੇ ਬਟ ਤੁਸੀਂ ਫਿਲਮਾਂ 'ਚ ਦੇਖਦੇ ਆ ਵੀ ਜੇ ਕੋਈ ਮੰਨ ਲਓ ਕੋਈ ਗੁੰਡਾ ਬਣ ਗਿਆ ਕੋਈ ਕ੍ਰਿਮੀਨਲ ਬਣ ਗਿਆ ਹਣਾ ਉਹ ਕਿਉਂ ਬਣਦਾ ਕਿਉਂਕਿ ਉਹਦਾ ਬਚਪਨ ਇਹ ਜਾ ਹੁੰਦਾ ਏ ਉਹਨੂੰ ਨਾ ਤਾਂ ਪੇਰੈਂਟਸ ਦੁਆਰਾ ਗਾਈਡੈਂਸ ਮਿਲੀ ਜਾਂਦੀ ਏ ਨਾ ਉਹਦੇ ਤੇ ਕੋਈ ਕੰਟਰੋਲ ਹੁੰਦਾ ਏ ਉਹ ਕ੍ਰਿਮੀਨ ਠੀਕ ਹੈ ਉਹ ਸੋਚਦਾ ਹੈ ਸੁਸਾਇਡਲ ਸਿਚੁਏਸ਼ਨਸ ਬਾਰੇ ਮਰਨ ਬਾਰੇ ਠੀਕ ਹੈ ਉਹਨੂੰ ਕੋਈ এনवायरमेंट ਚੰਗਾ ਨਹੀਂ ਲੱਗਦਾ ਹੈਗਾ 노 ਗਾਈਡੈਂਸ ਦੈਟਸ ਵਾਈ ਦੇ ਆਰ ਬੀਂਗ ਲਾਈਕ ਕ੍ਰਿਮੀਨਲ ਠੀਕ ਹੈ ਉਹਨਾਂ ਕੋਈ ਗਾਈਡੈਂਸ ਨਹੀਂ ਹੁੰਦੀ ਵੀ ਕਿਹੜਾ ਸਹੀ ਹੈ ਕਿਹੜਾ ਗਲਤ ਹੈ ਤਾਂ ਉਹ ਕ੍ਰਿਮੀਨਲ ਬਣ ਜਾਂਦੇ ਨੇ ਠੀਕ ਹੈ ਐਗਰੈਸ਼ਨ ਐਂਡ ਐਡੋਲਿਸੈਂਸ ਯਾਨੀ ਜਦੋਂ ਕਿਸ਼ੋਰ ਅਵਸਥਾ ਤੇ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਦੇਖਣ ਨੂੰ ਮਿਲਦਾ ਹੈ ਠੀਕ ਹੈ ਐਂਡ ਪ੍ਰੋਬਲਮੈਟਿਕ ਯਾਨੀ ਕਿ ਉਹ ਕਿਸੇ ਨਾ ਕਿਸੇ ਸਮੱਸਿਆ ਨੂੰ ਲੈ ਕੇ ਉਲਝੇ ਹੀ ਰਹਿੰਦੇ ਨੇ ਕਲੀਅਰ ਹੈ ਠੀਕ ਹੈ ਤਾਂ ਸਮਝ ਆ ਗਿਆ ਇੱਕ ਵਾਰੀ ਫਟਾਫਟ ਰਿਵਾਈਜ਼ ਕਰ ਲਿਆ ਇਹਨੂੰ ਕਰ ਲੈਣੇ ਆ ਇਹਨੂੰ ਪਹਿਲਾਂ ਆਪਾਂ ਨੇ ਪੜਿਆ ਸੀ ਅਥੋਰਿਟੇਟਿਵ ਅਧਿਕਾਰਵਾਦੀ ਇਹਦੇ ਵਿੱਚ ਜਿੰਨਾ ਪਿਆਰ ਆ ਉਹਨਾਂ ਹੀ ਕੰਟਰੋਲ ਠੀਕ ਹੈ ਬੱਚੇ ਕੀ ਨੇ ਵਧੀਆ ਹੋਣਗੇ ਇਫੈਕਟਿਵ ਹੋਣਗੇ ਸੈਕੰਡ ਆਪਣੇ ਕੋਲ ਸੀ ਅਥੋਰਿਟੇਰੀਅਨ ਇਹ ਹੈਗਾ ਸੀ ਸੱਤਾਵਾਦੀ ਯਾਨੀ ਕਿ ਇਹਦੇ ਵਿੱਚ ਪਿਆਰ ਘੱਟ ਹੈ ਲੇਕਿਨ ਕੰਟਰੋਲ ਜ਼ਿਆਦਾ ਹੈ ਜਿਹਦੇ ਕਰਕੇ ਬੱਚੇ ਜਿਹੜੇ ਨੇ ਅਗਰੈਸਿਵ ਹੁੰਦੇ ਨੇ ਠੀਕ ਹੈ ਪਰਮਿਸਿਵ ਯਾਨੀ ਕਿਰਪਾਲੂ ਇਹਦੇ ਵਿੱਚ ਪਿਆਰ ਜ਼ਿਆਦਾ ਹੈ ਲੇਕਿਨ ਕੰਟਰੋਲ ਘੱਟ ਹੈ ਠੀਕ ਹੈ ਬੱਚੇ ਕੀ ਕਰਦੇ ਨੇ ਵਿਗੜ ਜਾਂਦੇ ਨੇ ਲਾਸਟ ਸੀ ਆਪਣੇ ਕੋਲ ਅਨ ਇਨਵੋਲਡ ਯਾ ਫਿਰ ਨੈਗਲੈਕਟਿਵ ਫੁਲ ਇਹਦੇ ਵਿੱਚ ਨਾ ਹੀ ਪਿਆਰ ਹੈ ਤੇ ਨਾ ਹੀ ਕੰਟਰੋਲ ਹੈ ਤੇ ਬੱਚੇ ਜਿਹੜਨੇ ਉਹ ਕ੍ਰਿਮੀਨਲ ਬਣ ਜਾਂਦੇ ਨੇ ਠੀਕ ਹੈ ਆਈ ਹੋਪ ਤੁਹਾਨੂੰ ਜਿਹੜਾ ਪੂਰਾ ਕਨਸੈਪਟ ਹੈ ਸਮਝ ਆ ਗਿਆ ਹੋਣਾ ਬਹੁਤ ਡਿਟੇਲ ਦੇ ਵਿੱਚ ਆਪਾਂ ਨੇ ਇਹਦੇ ਤੇ ਡਿਸਕਸ ਕਰ ਲਿਆ ਠੀਕ ਹੈ ਬਾਕੀ ਜੇਕਰ ਕਿਸੇ ਵੀ ਪੁਆਇੰਟ ਨੂੰ ਲੈ ਕੇ ਤੁਹਾਡਾ ਕੋਈ ਵੀ ਕੁਐਸਚਨ ਡਾਊਟ ਹੋਵੇ ਕਿਸੇ ਵੀ ਪੁਆਇੰਟ ਨੂੰ ਲੈ ਕੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਤਾਂ ਇਸ ਦੇ ਨਾਲ ਆਪਣਾ ਸਾਰਾ ਜਿਹੜਾ ਚੈਪਟਰ ਹੈ ਕਵਰ ਹੋ ਗਿਆ ਹੁਣ ਠੀਕ ਹੈ ਪਾਰਟ B ਜਿਹੜਾ CDP ਦਾ ਉਹ ਆਪਣਾ ਕਵਰ ਹੋ ਗਿਆ ਕਲੀਅਰ ਹੈ بس ਹੁਣ CDPA ਨੇ 3rd ਪਾਰਟ ਕਰਨਾ ਹੈ ਉਸ ਤੋਂ ਬਾਅਦ ਫਿਰ ਆਪਾਂ ਇੰਗਲਿਸ਼ ਦੀ ਪੈਡਾਗੋਜੀ ਵੀ ਕਰਨੀ ਹੈ ਸਾਰੀ ਇੱਕ ਵੀਡੀਓਜ਼ ਦੇ ਵਿੱਚ ਠੀਕ ਹੈ ਬਾਕੀ ਤੁਹਾਨੂੰ ਅੱਜ ਦੀ ਕਲਾਸ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਠੀਕ ਹੈ ਚੈਨਲ ਦੇ ਨਾਲ ਜਰੂਰ ਜੁੜੇ ਰਹੋ ਸਬਸਕ੍ਰਾਈਬ ਕਰ ਲਓ ਜੀ ਹੋਰ ਆਪਣੇ ਦੋਸਤਾਂ ਮਿੱਤਰਾਂ ਨੂੰ ਕਹੋ ਚੈਨਲ ਸਬਸਕ੍ਰਾਈਬ ਕਰਨ ਨੂੰ ਠੀਕ ਹੈ ਬਹੁਤ ਵਧੀਆ ਕੰਟੈਂਟ ਆਉਣ ਦੀ ਵੇ ਹੈ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਦੱਸੋ ਚੈਨਲ ਬਾਰੇ ਕਿ ਜੇਕਰ ਉਹ ਪੀਐਸਟ ਦੀ ਤਿਆਰੀ ਕਰਨਾ ਚਾਹੁੰਦੇ ਨੇ ਬਿਲਕੁਲ ਫ੍ਰੀ ਆਫ ਕੋਸਟ ਬਿਨਾ ਕਿਸੇ ਫੀਸ ਤੋਂ ਉਹਨਾਂ ਨੂੰ ਜਿਹੜ MCQ ਵੀ ਆਪਾਂ ਅੱਗੇ ਸੋਲਵ ਕਰਾਂਗੇ ਕੋਸ਼ਿਸ਼ ਮੇਰੀ ਅੱਗੇ ਇਹ ਵੀ ਹੈ ਵੀ ਪ੍ਰੀਵੀਅਸ ইয়ার ਕੁਐਸਚਨ ਜਿਹੜੇ ਹੁਣ ਤੱਕ ਦੇ ਹੋਏ ਨੇ ਯਾਨੀ 2011 ਤੋਂ ਲੈ ਕੇ 2023 ਤੱਕ ਦੇ ਜਿੰਨੇ ਵੀ ਪੀਐਸਟ ਹੋਏ ਨੇ ਪੀਐਸਟ ਵਨ ਦੇ ਮੇਰੀ ਪੂਰੀ ਕੋਸ਼ਿਸ਼ ਹੈ ਵੀ ਇੱਕ ਇੱਕ ਕਰਕੇ ਆਪਾਂ ਸਾਰੇ ਜਿਹੜੇ ਪੀਐਸਟ ਨੇ ਉਹ ਸਾਰੇ ਕਵਰ ਕਰਾਈਏ ਬਾਕੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਕਿ ਤੁਸੀਂ ਪ੍ਰੀਵਿਅਸ ਇਅਰ ਕੁਐਸਚਨ ਪੇਪਰ ਜਿਹੜੇ ਨੇ ਸੋਲਵ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਅਭਿਆਵ ਕਰ ਲਓਗੇ ਕਿਉਂਕਿ ਦੇਖੋ ਪ੍ਰੀਵਿਅਸ ਇਅਰ ਕੁਐਸਚਨ ਸੋਲਵ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਨੇ ਕਿਉਂ ਜ਼ਰੂਰੀ ਨੇ ਇੱਕ ਤਾਂ ਤੁਹਾਨੂੰ ਲੈਂਗੁਏਜ ਸਮਝ ਆ ਜਾਏਗੀ ਕਿ ਕਿਸ ਤਰੀਕੇ ਨਾਲ ਕੁਐਸਚਨ ਦੀ ਜਿਹੜੀ ਭਾਸ਼ਾ ਹੁੰਦੀ ਹੈ ਦੂਜੀ ਗੱਲ ਤੁਹਾਨੂੰ ਪੈਟਰਨ ਸਮਝ ਆ ਜਾਏਗਾ ਸਾਰਾ ਕੀ ਲੈਂਗੁਏਜ ਦੀ ਲੈਂਥ ਕਿੰਨੀ ਹੁੰਦੀ ਹੈ ਕਿੰਨੇ ਵੱਡੇ ਵੱਡੇ ਕੁਐਸਚਨ ਪੁੱਛੇ ਜਾਂਦੇ ਨੇ ਠੀਕ ਹੈ ਦੂਜੀ ਗੱਲ ਤੁਹਾਨੂੰ ਡਾਇਰੈਕਸ਼ਨ ਦਾ ਪਤਾ ਲੱਗੇਗਾ ਕਿ ਇਸ ਟੌਪਿਕ ਦੇ ਵਿੱਚੋਂ ਜ਼ਿਆਦਾਤਰ ਕੁਐਸਚਨ ਪੁੱਛੇ ਜਾਂਦੇ ਨੇ ਠੀਕ ਹੈ ਤਾਂ ਬਹੁਤ ਜ਼ਿਆਦਾ ਫਾਇਦੇ ਹੋਣਗੇ ਤੁਹਾਨੂੰ ਪ੍ਰੀਵੀਅਸ ইয়ার ਕੁਐਸਚਨ ਕਰਨ ਦੇ ਚਾਹੇ ਤੁਸੀਂ ਆਪ ਕਰ ਲਿਓ ਨਹੀਂ ਫਿਰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ ਮੈਂ ਤੁਹਾਨੂੰ ਆਪੇ ਹੀ ਇਕੱਲਾ ਇਕੱਲਾ ਜਿਹੜਾ ইয়ার ਦਾ ਪੀਐਸ ਟੈਟਾ ਤੁਹਾਨੂੰ ਕਵਰ ਕਰਾ ਦਾਂਗੀ ਠੀਕ ਹੈ ਜੀ ਤਾਂ ਵੀਡੀਓ ਨੂੰ ਲਾਈਕ ਕਰਨਾ ਜ਼ਰੂਰ ਪੁਲਯੋਨਾ ਜੀ ਵੀਡੀਓ ਨੂੰ ਲਾਈਕ ਜਰੂਰ ਆਪੇ ਕਰ ਦਿਆ ਕਰੋ ਠੀਕ ਹੈ ਬਿਨਾ ਕਹੇ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਠੀਕ ਹੈ ਜਲਦੀ ਆਪਾਂ ਹਾਜ਼ਰ ਹੋਵਾਂਗੇ ਨੈਕਸਟ ਵੀਡੀਓ ਲੈ ਕੇ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ